ਕਟਗਿੰਤੀ ਦੇਸ਼ ਦੇ ਵਿੱਚ ਖਤਰੇ ਚ ਹੈ ਤੇ ਇਹੀ ਅੱਜ ਦਾ ਮੁੱਦਾ ਹੋਵੇਗਾ ਮਹਿਕੀਪੀ ਸਿੰਘ ਤੁਹਾਡਾ ਸਵਾਗਤ ਕਰਦਾ ਜਸਟੀਵੀ ਤੇ ਤੇ ਕਟਗਿੰਤੀ ਦੇਸ਼ ਵਿੱਚ ਖਤਰੇ ਚ ਅਸੀਂ ਨਹੀਂ ਕਹਿ ਰਹੇ ਇਹ ਫਿਰ ਕਾਲ ਤੱਕ ਸਭ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਖਰੜਨੇਕਿਆ ਉਹ ਇਸ ਤੋਂ ਪਹਿਲਾਂ ਵੀ ਕਹਿੰਦੇ ਰਹੇ ਆ ਪਰ ਹੁਣ ਜਿਸ ਤਰੀਕੇ ਨਾਲ ਉਹਨਾਂ ਨੇ ਕਿਹਾ ਉਸ ਦੇ ਨਾਲ بڑے ਵੱਡੇ ਸਵਾਲ ਖੜੇ ਹੋ ਕੇ ਆ ਕਿ ਇਹ 2022 ਦੀ ਤਿਆਰੀ ਵਜੋਂ ਦੇਖਿਆ ਜਾਵੇ ਇਸ ਨੂੰ ਉਹ ਸਵਾਲ ਅਸੀਂ ਨਹੀਂ ਚੱਕ ਰਹੇ ਉਹ ਵੀ ਸਿਆਸਤਦਾਨ ਚੱਕ ਰਿਹਾ ਕਿ ਸ਼੍ਰੋਮਣੀ ਕਾਰਡਲ ਜਹਦਰ ਸਾਹਿਬ ਨੂੰ ਹਮਾਇਤ ਕਰ ਰਿਹਾ ਤੇ ਹਮਾਇਤ ਇਸ ਤੋਂ ਪਹਿਲਾਂ ਵੀ ਹੁੰਦੀ ਰਹੀ ਹੈ ਪਰ ਕਹਿੰਦੇ ਸ਼ਰਮਣੀ ਕਾਲਰ ਚੁੱਪ ਰਹਿ ਕੇ ਹਮਾਇਤ ਕਰਦਾ ਪੈਸ਼ੋ ਮੇਂ ਗਲਦਲ ਆਪਤਾਪ ਦੀ ਭਾਈਵਲ ਭਾਈ ਪਰ ਉਹ ਨਹੀਂ ਕਹਿ ਸਕਦਾ ਜਹਦਰ ਸਾਹਿਬ ਦੇ ਜ਼ਰੀਏ ਕਹਾ ਜਾ ਰਿਹਾ ਇਹੋ ਜਿਹੇ ਬਿਆਨਬਾਜ਼ੀਆਂ ਵੀ ਸ਼ੁਰੂ ਹੋ ਗਈਆਂ ਤੇ ਕਾਲੀਦਾ ਦਾ ਸਟੈਂਡ ਸਪਸ਼ਟ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਪਰ ਜਿਹੜੀ ਸਿੱਖ ਜਥੇਬੰਦੀਆਂ ਸਿੱਖ ਨੁਮਾਇੰਦੇ ਜਿਹੜੇ ਜਾਂ ਹੋਰ ਘਟ ਗਿਣਤੀ ਕੌਮਾਂ ਉਹ ਇਹ ਕਹਿ ਰਹੀਆਂ ਕਿ ਜਹਦਰ ਸਾਹਿਬ ਨੇ ਕੌਮ ਦੀ ਆਵਾਜ਼ ਨੂੰ ਅਕੇ ਬਤਾਇਆ ਹੈਗਾ ਅਸੀਂ ਸਵਾਲ ਕਿਉਂ ਪੁੱਛਾਂਗੇ ਘਟ ਗਿਣਤੀ ਤੇ ਸਿਆਸਤ ਕਿਉਂ ਤੱਕ ਅਇਦਾ ਮੁੱਦਾ ਜਿਹੜੇ ਦੇ ਪੁਆਇੰਟਰਸ ਤੇ ਤੁਹਾਡਾ ਨਾਲ ਸ਼ੇਅਰ ਕਰ ਦਿੱਤੇ ਫਟਾਫਟ ਫਿਰ ਉਸ ਤੋਂ ਬਾਅਦ ਮਹਿਮਾਨ ਵੀ ਸਾਡੇ ਨਾਲ ਹੋਣਗੇ ਸ਼੍ਰੀ ਕਲਤਕ ਸਾਬ ਜਹਦਰ ਨੇ ਕੇਂਦਰ ਸਰਕਾਰ ਨੂੰ ਕੇਰਿਆ ਜਹਦਰ ਨੇ ਕਿਹਾ ਕਿ ਦੇਸ਼ ਵਿੱਚ ਸੁਰੱਖਿਆਤ ਨਹੀਂ ਘਟ ਗਿਣਤੀ ਗਿਆਨੀ ਹਰਪੀਤ ਸਿੰਘ ਨੇ ਮੁਗਲ ਰਾਜ ਨਾਲ ਤੁਲਨਾ ਤੱਕ ਕਰ ਦਿੱਤੀ ਹੈ ਜਹਦਰ ਦੇ ਬਿਆਨ ਤੇ ਪੰਜਾਬ ਦਾ ਸਿਆਸੀ ਪਾਰ ਉਹ ਪੱਕ ਚੁੱਕਿਆ ਤੇ ਸਿਆਸੀ ਪਾਰ ਦੇ ਵਿਚਾਲੇ 2022 ਨੂੰ ਦੇਖਿਆ ਜਾ ਰਿਹਾ ਵਿਰੋਧੀ ਧਿਰਾਂ ਨੇ ਸ਼ਮਨੀ ਕਾਲਾ ਦਾ ਤੋਂ ਜਵਾਬ ਮੰਗਿਆ ਕਿ ਤੁਸੀਂ ਆਪਣਾ ਸਟੈਂਡ ਸਪੱਸ਼ਟ ਕਰੋ ਸ਼ਮਨੀ ਕਾਲਾ ਦੇ ਵੱਡੇ ਆਖੂਆ ਨੇ ਆਪਣਾ ਸਟੈਂਡ ਸਪੱਸ਼ਟ ਨਹੀਂ ਕੀਤਾ ਕਿ ਜਦੋਂ ਚੁੱਪ ਹੁੰਦੀ ਹੈ ਤੇ ਉਹਨੂੰ ਉਹਨੂੰ ਹਮਾਇਤ ਮੰਨਿਆ ਜਾਂਦਾ ਤੇ ਜੈਦਰ ਦੇ ਬਿਆਨ ਤੇ ਕਾਂਗਰਸੀ ਐਮਪੀ ਰਮਨਜੀਤ ਬਿੱਟੂ ਹੈ ਉਹਨਾਂ ਦੇ ਇੱਕ ਵੱਖਰੇ ਸੁਰਾ ਉਹ ਪੜਕੇ ਹੈ ਇਹਨਾਂ ਦੇ ਬਿਆਨ ਤੇ ਬਿੱਟੂ ਨੇ ਕਿਹਾ ਕਿ ਜੈਦਰ ਸਾਹਿਬ ਕਿਉਂ ਅਕਲ ਗੋਂ ਲੱਗੇ ਹੋਏ ਹੁਣ ਸਵਾਲ ਇਹ ਹੈ ਕਿ ਅੱਗੇ ਕੌਣ ਲਾ ਰਿਹਾ ਹੈ ਇਸ ਸਵਾਲ ਤੇ ਅਸੀਂ ਚਰਚਾ ਵੀ ਕਰਾਂਗੇ ਮਹਿਮਾਨ ਸਾਡਾ ਮੌਜੂਦ ਹੈ ਕਿ ਹਰਦੀਪ ਸਿੰਘ ਇਹ ਆਜ਼ਾਦ ਤੌਰ ਤੇ ਮੈਂਬਰ ਹੈ ਸ਼੍ਰੋਮਣੀ ਕਮੇਟੀ ਦੇ ਹਰਦੀਪ ਸਿੰਘ ਜੀ ਸਰ ਤੁਹਾਡਾ ਬਹੁਤ ਸਵਾਗਤ ਹੈ ਹਦੀਪ ਸਿੰਘ ਜੀ ਉਹਨਾਂ ਸਖਸ਼ੀਤਾ ਵਿੱਚ ਸ਼ਾਮਲ ਹੈ ਜਿਹੜੀ ਬੜੀ ਨਵੀਤੁਲੀ ਗੱਲ ਕਰਦੀ ਹੈ ਤੇ ਬਹੁਤ ਸੁੱਲਜੀ ਹੋਈ ਗੱਲ ਕਰਦੀ ਹੈ ਇਹਨਾਂ ਨੂੰ ਜਿਹੜੀ ਇਹ ਇਹ ਸਿਆਸਤ ਹੈ ਕਿ ਅਸੀਂ ਇੱਕ ਸਿਆਸਤੂ ਦੀ ਚੰਗੀ ਸਮਝ ਹੈ ਕਿ ਇਸ ਲਈ ਹਰਦੀਪ ਸਿੰਘ ਅਰਣ ਨੂੰ ਸੱਦਿਆ ਸੀ ਹਰਦੀਪ ਸਿੰਘ ਅਰਣ ਦੀ ਜਿਹੜੀ ਆਵਾਜ਼ ਹੈ ਕੀ ਹੈ ਉਹ ਉਹਨਾਂ ਕੋਨਿਆਂ ਤੱਕ ਵੀ ਪਹੁੰਚਦੀ ਹੈਗੀ ਜਿੱਥੇ ਆਵਾਜ਼ ਆ ਕੇ ਦਬ ਜਾਂਦੀ ਹੈਗੀ ਪਰ ਹਰਦੀਪ ਸਿੰਘ ਹਰੀ ਗੱਜੇ ਦਬੇ ਨਹੀਂ ਗਏ ਉਹਨਾਂ ਨੇ ਹਮੇਸ਼ਾ ਆਪਣੀ ਆਵਾਜ਼ ਆ ਮੁਖ ਰੋਕੇ ਚੱਕੀ ਹੈ ਹਰਦੀਪ ਸਿੰਘ ਜੀ ਬਹੁਤ ਸਵਾਗਤ ਕਰਦੇ ਸਭ ਤੁਹਾਡਾ ਧੰਨਵਾਦ ਜੀ ਹਰਦੀਪ ਸਿੰਘ ਜੀ ਹਮੇਸ਼ਾ ਜਥੇਦਾਰ ਸਾਹਿਬ ਕਹਿੰਦੇ ਸੀ ਤੁਹਾਡੀ ਆਬਜੈਕਸ਼ਨ ਰਹਿੰਦੀ ਹੈ ਮੈਂ ਜਦੋਂ ਵੀ ਤੁਹਾਡੇ ਨਾਲ ਕੋਈ ਕਿਸੇ ਡਿਬੇਟ ਵਿੱਚ ਸ਼ਾਮਲ ਹੁੰਦਾ ਪਰ ਇਥੇ ਜਥੇਦਾਰ ਦਾ ਮੁੱਦਾ ਨਹੀਂ ਹੈਗਾ ਮੁੱਦਾ ਹੈਗਾ ਕਟਗਿਣਤੀ ਦਾ ਕਟਗਿਣਤੀ ਅਸੁਰੱਖਿਆਤਾ ਜਥੇਦਾਰ ਸਾਹਿਬ ਠੀਕ ਕਹਿ ਰਹੇ ਹੈ ਦੇਖੋ ਇਸ ਵਿੱਚ ਕੋਈ ਦੋ ਰਾਏਆਂ ਨਹੀਂ ਕਿ ਕਟਗਿਣਤੀਆਂ ਨੂੰ ਜੋ ਹੱਕ ਹਕੂਕ ਹੋਣੇ ਚਾਹੀਦੇ ਨੇ ਜਿਸ ਤਰੀਕੇ ਦਾ ਉਹਨਾਂ ਨੂੰ ਇੱਕ ਨਿਗ ਮਿਲਣਾ ਚਾਹੀਦਾ ਹੈ ਬਰਾਬਰਤਾ ਦੀ ਗੱਲ ਹੋਣੀ ਚਾਹੀਦੀ ਉਸ ਵਿੱਚ ਹਮੇਸ਼ਾ ਹੀ ਕਮੀਆਂ ਰਹੀਆਂ ਇਸ ਵਿੱਚ ਕੋਈ ਦੋ ਰਾਇਆ ਨਹੀਂ ਇਹ ਔਰ ਇਹ ਜਿਹੜੇ ਆਪਣੇ ਮਨ ਦੇ ਮਨ ਦੀਆਂ ਭਾਵਨਾਵਾਂ ਨੇ ਇਹ ਸਿੱਖਾਂ ਸਮੇਤ ਸਾਰੀਆਂ ਹੀ ਘਟ ਗਣਤੀਆਂ ਸਮੇਂ-ਸਮੇਂ ਤੇ ਕਰਦੀਆਂ ਰਹੀਆਂ ਨੇ ਲੇਕਿਨ ਗੱਲ ਹੈ ਕਿ ਅੱਜ ਦੇ ਸਮੇਂ ਦੇ ਵਿੱਚ ਇਹ ਗੱਲ ਕਿਉਂ ਕੀਤੀ ਗਈ ਉਹ ਜ਼ਰੂਰ ਇੱਕ ਵਿਚਾਰ ਦਾ ਵਿਸ਼ਾ ਹੈ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਜੋ ਪਿਛਲੇ ਸਮਿਆਂ ਵਿੱਚ ਵੀ ਕੁਝ ਗੱਲਾਂ ਕਹੀਆਂ ਔਰ ਜਿਸ ਉਹਨਾਂ ਦੀ ਸਪੀਚ ਨੂੰ ਜਾਂ ਪਿਛਲੀਆਂ ਸਪੀਚਸ ਨੂੰ ਲੈ ਕੇ ਚਰਚਾ ਹੁੰਦੀ ਹੈ ਉਹਨਾਂ ਦੀ ਜੋ ਗਹਿਰਾਈ ਹੈ ਉਹਨੂੰ ਆਪਣਾ ਬਿਲਕੁਲ ਜ਼ਰੂਰੀ ਹੈ ਜੋ ਗੱਲ ਕਹਿ ਰਹੇ ਨੇ ਇਸ ਵਿੱਚ ਕੋਈ ਦੋ ਰਾਏ ਨਹੀਂ ਜੋ ਲਫ਼ਜ਼ ਬੋਲੇ ਨੇ ਜੋ ਹੈ ਕਿ ਇਕਤਾਰ ਮੇਕ ਕਟੜਵਾ ਜਿਹੜਾ ਹੈ ਉਹ ਕਤਈ 20 ਕਿਤੇ ਵੀ ਚੰਗਾ ਨਹੀਂ ਹੁੰਦਾ ਔਰ ਇਹ ਗੱਲ ਕੱਲੀ ਇਹਨਾਂ ਵੱਲੋਂ ਨਹੀਂ ਕਹੀ ਗਈ ਇਹ ਸਾਰੀਆਂ ਘਟ ਗਿੰਤੀਆਂ ਵੀ ਕਹਿੰਦੀਆਂ ਨੇ ਤੇ ਇਵਨ ਇੰਟਰਨੈਸ਼ਨਲ ਫੋਰਮ ਤੇ ਵੀ ਇਹ ਆਵਾਜ਼ ਉੱਠ ਰਹੀ ਹੈ ਇਸ ਵਿੱਚ ਵੀ ਕੋਈ ਦੋਹਰਾਏ ਪਰ ਜੋ ਮੌਜੂਦਾ ਸਮਾਂ ਹੈ ਜਿਸ ਵਿੱਚ ਜਿਸ ਤਰੀਕੇ ਦੀ ਐਕਟੀਵਿਟੀ ਕਰਨੀ ਹਰਪ੍ਰੀਤ ਸਿੰਘ ਹੁਰਾ ਵੱਲੋਂ ਕੀਤੀ ਜਾ ਰਹੀ ਹੈ ਉਹ ਮੈਂ ਡੇ 1 ਤੇ ਇਹ ਗੱਲ ਕਹੀ ਸੀ ਜਦੋਂ ਇਹਨਾਂ ਨੂੰ ਅਪਾਇੰਟ ਕੀਤਾ ਗਿਆ ਸੀ ਕਿ ਇਹੀ ਇੱਕ ਉਸ ਰਤਵੇ ਦੀ ਉਸ ਪਲੇਟਫਾਰਮ ਦੀ ਰਿਵਾਈਵਲ ਦੀਆਂ ਕੋਸ਼ਿਸ਼ਾਂ ਦਾ ਹਿੱਸਾ ਹੈ। ਹੂੰ। ਔਰ ਜਿੰਨੇ ਵੀ ਉਹਨਾਂ ਦੀਆਂ ਗੱਲਾਂ ਚੱਲਦੀਆਂ ਪਈਆਂ ਨੇ ਉਹ ਉਸ ਰਤਵੇ ਦੀ ਰਿਵਾਈਵਲ ਦੀ ਗੱਲ ਹੋ ਰਹੀ ਹੈ। ਇਹ ਜਥੇਦਾਰ ਦੇ ਅਹੁਦੇ ਨੂੰ ਹਾਂ ਉਹਦਾ ਰਤਬਾ ਵੀ ਰਿਵਾਈਵਲ ਦੀ ਉਹਦਾ ਰੀਜ਼ਨ ਇਹ ਆ ਨੀ ਦੋ ਚੀਜ਼ਾਂ ਹਰਦੀਪ ਸਿੰਘ ਜੀ ਇੱਕ ਤਾਂ ਤੁਸੀਂ ਕਹੇ ਹਮੇਸ਼ਾ ਕਹਿੰਦੇ ਹੋ ਮੈਂ ਪਹਿਲੇ ਉਸ ਤੋਂ ਪਹਿਲਾਂ ਤੁਸੀਂ ਕਈ ਵਾਰੀ ਕਹਿ ਚੁੱਕੇ ਹੋ ਉਹਦੇ ਰਿਵਾਈਵਲ ਦੀ ਗੱਲ ਹੋ ਰਹੀ ਹੈ ਪਰ ਸਵਾਲ ਇਹ ਸ਼੍ਰੋਮਣੀ ਕਾਲਦਿਰ ਦੇ ਰਿਵਾਈਵਲ ਦੇ ਵੀ ਚਰਚਾ ਹੋ ਰਹੀ ਹੈ ਨਾਲ ਇਹ ਜਥੇਦਾਰ ਸਾਹਿਬ ਦੇ ਬਿਆਨ ਨੂੰ ਸ਼੍ਰੋਮਣੀ ਕਾਲਦਿਰ ਨਾਲ ਜੋੜ ਕੇ ਕੋਈ ਦੇਖਿਆ ਜਾ ਬਿਲਕੁਲ ਠੀਕ ਹੈ ਕਿ ਜਿਹੜੀ ਮੈਂ ਮੇਰਾ ਜਿਹੜਾ ਰਿਵਾਈਵਲ ਦਾ ਕਹਿਣ ਦਾ ਮਕਸਦ ਆ ਉਹ ਇਹ ਨਹੀਂ ਹੈ ਕਿ ਜਥੇਦਾਰ ਦਾ ਅਸਲ ਜੋ ਰਤਬਾ ਹੋ ਸਕਦਾ ਹੈ ਜੋ ਉਸ ਟੈਂਪੋਰਲ ਸੀਟ ਦਾ ਜਿਹੜਾ ਹੈਗਾ ਰਤਬਾ ਹੋ ਸਕਦਾ ਹੈ ਜਿਸ ਤਰੀਕੇ ਦੀ ਭਾਵਨਾਵਾਂ ਸ਼੍ਰੀ ਅਕਾਲ ਤਖਸੈਬ ਨਾਲ ਸਿੱਖਾਂ ਦੀਆਂ ਜੁੜੀਆਂ ਹੋਈਆਂ ਉਸ ਦੀ ਰਿਵਾਈਵਲ ਹੋ ਰਹੀ ਹੈ ਇਹ ਨਹੀਂ ਮੈਂ ਕਹਿ ਰਿਹਾ ਹੈਗਾ ਲੇਕਿਨ ਉਹ ਸੀਟ ਜਿਹੜੀ ਕਿ ਗੁਰਦੁਆਰਾ ਐਕਟ ਦੇ ਤਹਿਤ ਹੈੱਡ ਮਿਨਿਸਟਰਸ ਤੋਂ ਬਤੌਰ ਜਥੇਦਾਰ ਕਰਕੇ ਬਣਾ ਲਈਤੀ ਕਿ ਜਿਸ ਦੇ ਉੱਤੇ ਪਿਛਲੇ ਸਮਿਆਂ 'ਚ ਗਿਆਨੀ ਵੈਦਾਂਤੀ ਜੀ ਹੋਗੇ ਜਾਂ ਆਪਣਾ ਗਿਆਨੀ ਗੁਰਬਚਨ ਸਿੰਘ ਹੋਗੇ ਤੇ ਹੁਣ ਗਿਆਨੀ ਹਰਪ੍ਰੀਤ ਸਿੰਘ ਹੋਰੀ ਹੋਗੇ ਇਹ ਬੈਠੇ ਨੇ ਇਸ ਦੀ ਰਿਵਾਈਵਲ ਦੀ ਗੱਲ ਹੈ ਔਰ ਇਹ ਕਿਸ ਤਰੀਕੇ ਨਾਲ ਪਹਿਲਿਆਂ ਸਮਿਆਂ ਵਿੱਚ ਮਿਸਯੂਜ਼ ਹੁੰਦੀ ਰਹੀ ਹੈ ਤੇ ਮੌਜੂਦਾ ਦੌਰ ਦੇ ਵਿੱਚ ਜੋ ਗੱਲ ਚੱਲ ਰਹੀ ਹੈ ਇਹ ਹੈ ਕਿ ਆਉਂਦੇ ਸਮੇਂ ਇਸ ਨੂੰ ਕਿਵੇਂ ਯੂਜ਼ ਕੀਤਾ ਜਾ ਸਕਦਾ ਹੈ ਮੈਨੂੰ ਕਿਤੇ ਨਾ ਕਿਤੇ ਇਹ ਗੱਲ ਇਉਂ ਲੱਗਦੀ ਹੈ ਦੇਵਨ ਤੋਂ ਮੈਨੂੰ ਇਹ ਤੁਹਾਨੂੰ ਇਉਂ ਲੱਗਦਾ ਕਿ ਸ਼ਰਮਣੀ ਕਲਤਲ ਇਸ ਅਹੁਦੇ ਨੂੰ ਤੇ ਇਸ ਅਹੁਦੇ ਤੋਂ ਜਾਰੀ ਬਿਆਨਾਂ ਨੂੰ ਯੂਜ਼ ਕਰਨ ਦੀ ਕੋਸ਼ਿਸ਼ ਵਿੱਚ ਹੈ ਜ਼ਰੂਰ ਇਸ ਦੇ ਵਿੱਚ ਕੋਈ ਦੋਰ ਆਇਆ ਨਹੀਂ ਬਿਕਾਉਜ਼ ਜਿਤਨੀਆਂ ਚੰਗੀਆਂ ਗੱਲਾਂ ਗੈਨੀ ਹਰਪ੍ਰੀਤ ਸਿੰਘ ਹੋਰਣਾ ਨੇ ਪਿਛਲੇ 1 ਸਾਲ 8 ਮਹੀਨੇ ਦੋ ਦੇ ਵਿੱਚ ਜੋ ਵੀ ਜਿਤਨਾ ਸਮਾਂ ਇਹਨਾਂ ਨੂੰ ਹੋ ਗਿਆ ਇਸ ਦੌਰਾਨ ਕੀਤੀਆਂ ਨੇ ਉਹਨਾਂ ਦੇ ਬਾਰੇ ਕੋਈ ਪ੍ਰੈਕਟੀਕਲ ਸਟੈਪ ਜਿਹੜਾ ਹੈਗਾ ਉਹ ਤੇ ਇੱਕ ਵੀ ਨਹੀਂ ਲਿੱਤਾ ਗਿਆ ਕਿਸੇ ਇੱਕ ਗੱਲ ਬਾਰੇ ਵੀ ਜੇ ਆਪਾਂ ਗੱਲ ਕਹੀਏ ਕਿ ਹੁਣ ਦੇ ਇਹਨਾਂ ਦੇ ਬਿਆਨ ਨੇ ਉਹ ਬਿਆਨ ਦੇਖੋ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜੀ ਦਾ ਜੋ ਪ੍ਰਕਾਸ਼ਪੁਰਬ ਹੈ ਉਥੇ ਕੀਪੁਰ ਸਾਹਿਬ ਗੱਲ ਕੀਤੀ ਜਾ ਰਹੀ ਹੈ ਬਿਲਕੁਲ ਜੋ ਉਸ ਪੁਰਬ ਦੇ ਮੁੱਦੇ ਤੋਂ ਬਿਲਕੁਲ ਪਰੇ ਹੋ ਕੇ ਔਰ ਗੱਲ ਬਿਲਕੁਲ ਜੋ ਗੱਲ ਕੀਤੀ ਉਹ ਨਹੀਂ ਗਲਤ ਗੱਲ ਠੀਕ ਕੀਤੀ ਹੈ ਲੇਕਿਨ ਉਹਦਾ ਪਰਪਸ ਕੀ ਹੈ ਕਿ ਇਹਨਾਂ ਚੀਜ਼ਾਂ ਨੂੰ ਅਜਨ ਕੈਸ਼ ਕਰਨ ਦੀ ਗੱਲ ਕੀਤੀ ਜਾਵੇ ਹਰਜੀਤ ਸਿੰਘ ਜੀ ਮੈਂ ਥੋੜਾ ਸਿੱਧਾ ਕਰ ਦੇਣਾ ਕੰਮ ਜੇ ਜਹਦਰ ਸਾਹਿਬ ਇਹ ਡਿਮਾਂਡ ਕਰਦੇ ਪਏ ਜਾਂ ਇਹ ਸਾਰੀਆਂ ਗੱਲਾਂ ਰੱਖਦੇ ਪਏ ਤੁਹਾਨੂੰ ਲੱਗਦਾ ਉਹਦੇ ਵਿੱਚ ਗਲਤ ਕੁਝ ਨਹੀਂ ਹੈਗਾ ਪਰ ਉਹਦਾ ਪਰਪਸ ਹੈ ਉਹਦੇ ਤੁਹਾਨੂੰ ਸ਼ੱਕ ਹੈਗਾ ਬਿਲਕੁਲ ਸ਼ੱਕ ਜੇ ਅਕਾਲੀ ਦਲ ਜੇ ਅਕਾਲੀ ਦਲ ਭਾਜਪਾ ਕੋਲੇ ਜਾ ਕੇ ਇਹ ਗੱਲ ਕਹਿ ਦਿੰਦਾ ਜਹਦਰ ਸਾਹਿਬ ਨੇ ਜੋ کیا ਹੈਗਾ ਫਿਰ ਫਿਰ ਤੁਹਾਨੂੰ ਪਰਪਸ ਦਾ ਆਊਟ ਤਾਂ ਨਹੀਂ ਹੈਗਾ ਕਿ ਫਿਰ ਵੀ ਹੈਗਾ ਨਹੀਂ ਉਹ ਤਦ ਕੇਗਾ ਕਿਉਂਕਿ ਦੇਖੋ ਸਮਾ ਰਾਜਨੀਤਿਕ ਜੋ ਹਾਲਾਤ ਬਣਦੇ ਪਏ ਨੇ ਉਹ ਕਿੱਧਰ ਨੂੰ ਜਾ ਰਹੇ ਨੇ ਭਾਜਪਾ ਹੈ ਪਿਛਲੇ ਲੰਬੇ ਸਮੇਂ ਤੋਂ ਅਕਾਲੀ ਦਲ ਨੂੰ ਅੱਖਾਂ ਵਿਖਾਉਂਦੀ ਹੈ ਇਨਾਂ ਨੂੰ ਸਮੇਂ-ਸਮੇਂ ਦੇ ਉੱਤੇ ਡਿਚ ਕਰਦੀ ਆ ਰਹੀ ਹੈ ਪੋਲਿਟੀਕਲ ਇਹਨਾਂ ਨੂੰ ਸੱਟਾਂ ਵੱਜਦੀਆਂ ਪਈਆਂ ਨੇ ਉਹ ਬਕਾਇਦਾ ਆਪਣੇ ਆਪ ਨੂੰ ਸਟੈਬਲਿਸ਼ ਕਰਨ ਦੇ ਲਈ ਜਿਹੜਾ ਕਿ ਇਕੱਲੀ ਦਲ ਲਈ ਖਤਰਾ ਹੈ ਇਹ ਲਗਾਤਾਰਤਾ ਦੇ ਵਿੱਚ ਸਭ ਕੁਝ ਚੱਲ ਰਿਹਾ ਹੈ ਫਿਰ ਇੱਥੋਂ ਤੱਕ ਵੀ ਦੇਖਿਆ ਜਾਂਦਾ ਕਿ ਕੁਝ ਹੋਰ ਗਰੁੱਪਸ ਨੇ ਉਹਨਾਂ ਨਾਲ ਉਹਨਾਂ ਦੀ ਸਾਂਝ ਹੋ ਸਕਦੀ ਹੈ ਜਾਂ ਜੋ ਦੂਜੀਆਂ ਪਾਰਟੀਆਂ ਨੇ ਉਹਨਾਂ ਦੇ ਰਾਹੀਂ ਉਹ ਆਪਣੀ ਜਿਹੜੀ ਪਾਲਿਸੀਆਂ ਨੇ ਉਹਨਾਂ ਨੂੰ ਇੰਪਲੀਮੈਂਟ ਕਰਵਾਉਣ ਦੇ ਰਸਤੇ ਚੱਲ ਰਹੇ ਸੋ ਇਸ ਵੇਲੇ ਕਿਤੇ ਨਾ ਕਿਤੇ ਇਹ ਲੱਗਦਾ ਹੈ ਕੇ ਮੌਜੂਦਾ ਅਕਾਲੀ ਲੀਡਰਸ਼ਿਪ ਜਿਹੜੀ ਆ ਬਾਦਲ ਦਲ ਦੀ ਜਿਹੜੀ ਲੀਡਰਸ਼ਿਪ ਆ ਉਹ ਉਹਨਾਂ ਨੂੰ ਨਾ ਕਾਫੀ ਲੱਗਦੀ ਹੈ ਉਹ ਆਪਣੇ ਆਪ ਨੂੰ ਜੋ ਹੈ ਧਰਾਤਲ ਤੇ ਲੈ ਕੇ ਆਉਣਾ ਚਾਹੁੰਦੇ ਨੇ ਇਸ ਫੀਲਡ ਦੇ ਵਿੱਚ ਪੋਲਿਟੀਕਲ ਫੀਲਡ ਦੇ ਵਿੱਚ ਆਪ ਐਸਟੈਬਲਿਸ਼ ਹੋਣਾ ਚਾਹੁੰਦੇ ਨੇ ਮਿਸਟਰ ਮਰਸਰਟੀ ਇੰਸਾ ਦਾ ਹੋਣਾ ਉਹ ਇਸ ਨਾਲ ਜੋੜ ਕੇ ਦੇਖਿਆ ਜਾਣਾ ਚਾਹੀਦਾ ਕਿਉਂਕਿ ਬਹੁਤ ਥੋੜੇ ਥੋੜੇ ਚਿਰ ਬਾਅਦ ਇਹ ਬਿਆਨ ਆ ਗਿਆ ਮਿਸਟਰ ਢੀਂਡਸਾ ਜਦੋਂ ਹੀ ਇਹ ਬਾਗੀ ਤੇਵਰਾ ਦੇ ਸਾਰੇ ਸਮੇਂ ਆਉਂਦੇ ਆ ਉਹ ਨਵੀਂ ਪਾਰਟੀ ਹੈ ਜਿਹੜੀ ਸ਼੍ਰੋਮਣੀ ਕਾਲ ਦਾ ਜਨੂ ਕਹਿੰਦੇ ਜਿੰਦਾ ਗਠਨ ਕਰਦੇ ਹੈ ਬਿਲਕੁਲ ਜਦੋਂ ਕਿਤੇ ਵੀ ਇੱਕ ਰਾਜਨੀਤਿਕ ਧਿਰ ਨੂੰ ਲੱਗਦਾ ਹੈ ਕਿ ਉਹਨਾਂ ਦੇ ਵੱਡੀ ਰਾਜਨੀਤਿਕ ਸਾਥੀ ਧਿਰ ਜਿਹੜੀ ਹੈਗੀ ਹੈ ਉਹ ਕਿਸੇ ਹੋਰ ਰਾਹ ਤੁਰਦੀ ਪਈ ਹੈ ਤੇ ਉਹਨਾਂ ਨੂੰ ਇੱਕ ਦਬਕਾ ਮਾਰਨ ਵਾਸਤੇ ਉਹਨਾਂ ਨੂੰ ਸ਼ੀਸ਼ਾ ਦਿਖਾਉਣ ਲਈ ਜਾਂ ਉਹਨਾਂ ਨੂੰ ਇਸ ਦੇ ਜੋ ਅਫੈਕਟਸ ਨੇ ਆਫਟਰ ਅਫੈਕਟਸ ਨੇ ਉਹਦੀ ਗੱਲ ਸਮਝਾਉਣ ਦੇ ਲਈ ਐਸੀ ਰਾਜਨੀਤਿਕ ਗੱਲਾਂ ਕੀਤੀਆਂ ਜਾਂਦੀਆਂ ਇਹਦੇ ਵਿੱਚ ਕੋਈ ਦੋਰਾ ਨਹੀਂ ਇਹ ਮਿਸਟਰ ਢੀਂਡ ਸਰ ਨੂੰ ਸ਼ੀਸ਼ਾ ਦਿਖਾਇਆ ਜਾ ਰਿਹਾ ਜਾਂ ਭਾਜਪਾ ਨੂੰ ਡਰਾਇਆ ਜਾ ਰਿਹਾ ਨਾਲ ਭਾਜਪਾ ਨੂੰ ਮੈਂ ਤਾਂ ਕਹਾਂ ਕਿ ਭਾਜਪਾ ਨੂੰ ਸਮਝਾਉਣ ਦੀ ਗੱਲ ਹੈ ਕਿ ਸਮਝਾਉਣਾ ਜਾਂ ਡਰਾਉਣਾ ਇੱਕੋ ਗੱਲ ਹੈ ਜੀ ਇੱਕੋ ਗੱਲ ਹੈ ਜੀ ਲਫ਼ਜ਼ਾਂ ਦੀ ਲਫ਼ਜ਼ਾਂ ਦਾ ਹਿਰਫੇਰ ਹੈ ਮੈਂ ਗਲਤ ਸ਼ਬਦ ਸਮਝਾਉਣਾ ਹੈ ਜੀ ਮੈਂ ਗਲਤ ਸ਼ਬਦ ਵਰਤ ਰਿਹਾ ਨਹੀਂ ਐਸੀ ਕੋਈ ਗੱਲ ਨਹੀਂ ਮੈਂ ਨਹੀਂ ਕਹਿੰਦਾ ਕਿ ਤੁਸੀਂ ਗਲਤ ਵਰਤ ਰਹੇ ਹੋ ਜੇ ਰਾਜਨੀਤਿਕ ਨਹੀਂ ਕਿ ਸਿਆਣੇ ਨੇ ਸਮਝਾਉਣਾ ਹੀ ਹੁੰਦਾ ਉਸ ਨੂੰ ਡਰਾਉਣਾ ਪਵੇ ਕਹੀਏ ਆ ਨਾ ਕਹੀਏ ਇੱਕ ਸਿਆਣੀ ਰਾਜਸੀ ਤਰ ਜਿਹੜੀ ਹੈ ਉਹ ਦਿੱਲੀ ਵਿਚਲੀ ਦੂਜੀ ਤਰ ਨੂੰ ਸਮਝਾਉਂਦੀ ਪਈ ਹੈ ਅੱਖਾਂ ਖਾਉਂਦੀ ਪਈ ਹੈ ਉਹ ਇਹ ਹੈ ਕਿ ਜੇਕਰ ਜਿਹੜਾ ਹੈ ਨੇ ਇਸ ਸਾਡੇ ਨਾਲ ਤੁਸੀਂ ਠੀਕ ਢੰਗ ਨਾਲ ਨਹੀਂ ਰਹੋਗੇ ਜੇ ਸਾਨੂੰ ਸਾਡਾ ਬਣਦਾ ਹੱਕ ਨਹੀਂ ਦੋਗੇ ਜੇ ਸਾਡੀ ਹਿੱਸੇਦਾਰੀ ਨਹੀਂ ਰੱਖੋਗੇ ਜਾਂ ਜੇ ਸਾਨੂੰ ਪਿੱਛੇ ਪਾਉਂਗੇ ਤੇ ਫਿਰ ਜਿਹੜੀਆਂ ਰੀਜਨਲ ਐਸਪੀਰੇਸ਼ਨਸ ਨੇ ਤੇ ਜਿਹੜੀਆਂ ਕੌਮੀ ਐਸਪੀਰੇਸ਼ਨਸ ਨੇ ਸਿੱਖ ਐਸਪੀਰੇਸ਼ਨਸ ਨੇ ਇਹਨਾਂ ਦਾ ਉਭਾਰ ਆਏਗਾ ਜਿਸ ਦੇ ਨਾਲ ਜਿਹੜੇ ਹੈ ਕਿ ਤੁਹਾਡੇ ਲਈ ਨਵੀਆਂ ਮੁਸ਼ਕਲਾਂ ਖੜੀਆਂ ਹੋਣਗੀਆਂ ਜਿਹਨੂੰ ਤੁਸੀਂ ਟੈਕਲ ਨਹੀਂ ਕਰ ਸਕਦੇ ਉਸ ਨੂੰ ਅਸੀਂ ਹੀ ਟੈਕਲ ਕਰ ਸਕਦੇ ਹਾਂ ਅਸੀਂ ਚਾਹੀਏ ਤਾਂ ਤੁਹਾਡੇ ਨਾਲ ਸਾਂਝ ਦੇ ਵਿੱਚ ਇਹ ਸਾਰੇ ਕਸੇ ਨੂੰ ਦਬਾ ਸਕਦੇ ਹਾਂ ਤੇ ਜੇ ਅਸੀਂ ਚਾਹੀਏ ਤਾਂ ਇਸ ਨੂੰ ਹਵਾ ਦੇ ਸਕਦੇ ਹਾਂ ਠੀਕ ਹੈ ਤੁਸੀਂ ਸਮਝਾਉਣਾ ਤੇ ਡਰਾਉਣਾ ਦੋਨਾਂ ਚੀਜ਼ਾਂ ਨੂੰ ਪਰਵਾਸ਼ਿਤ ਕਰਦਾ ਇੱਕ ਛੋਟਾ ਜਿਹਾ ਵਕਫਾ ਲੈਣੇ ਵਕਫੇ ਤੋਂ ਵਾਪਸ ਆਮ ਕੇ ਦੋਨਾਂ ਤੇ ਰਣੂ ਆਪਸ ਵਿੱਚ ਇੱਕ ਦੂਜੇ ਦੀ ਕਿਰੀ ਲੋੜ ਹੈਗੀ ਕਿਉਂਕਿ ਜਦੋਂ ਭਾਰਤੀ ਜਨਤਾ ਪਾਰਟੀ ਦੀ ਗੱਲ ਹੁੰਦੀ ਹੈ ਤਾਂ ਉਦੋਂ ਮਿਨੋਰਟੀਜ਼ ਦੀ ਜ਼ਿਕਰੇ ਹੁੰਦਾ ਕਿ ਮਿਨੋਰਟੀਜ਼ ਹੈ ਉਹ ਭਾਰਤੀ ਜਨਤਾ ਪਾਰਟੀ ਤੋਂ ਖਫਾ ਰਹਿੰਦੀਆਂ ਹੈਗੀਆਂ ਪਰ ਸ਼੍ਰੋਮਣੀ ਕਾਲ ਦੇ ਨਾਲ ਗੱਠਜੋੜ ਹੋਣਾ ਭਾਰਤੀ ਜਨਤਾ ਪਾਰਟੀ ਦੀ ਆਪਣੇ ਆਪ ਵਿੱਚ ਇੱਕ ਪ੍ਰਾਪਤੀ ਹੈ ਕਿ ਕਿ ਉਹ ਕਟਗਿੰਤੀਆਂ ਦੇ ਨਾਲ ਖੜੀ ਹੁੰਦੀ ਦਿਖਾਈ ਦਿੰਦੀ ਹੈ ਤੇ ਸ਼੍ਰੋਮਣੀ ਕਾਲਦਲ ਉਸ ਚੀਜ਼ ਨੂੰ ਕਿਸ ਤਰੀਕੇ ਨਾਲ ਪੇਸ਼ ਕਰਦਾ ਪ੍ਰਵਚਿਤ ਕਰਦਾ ਇਹ ਸਾਰੇ ਮੁੱਦੇ ਚਰਚਾ ਹੋਵੇਗੀ ਵਿਰਤੋਂ ਵਾਪਸ ਆ ਰਹੇ ਆ ਤੁਹਾਡੇ ਫੋਨ ਕਾਲਸ ਵੀ ਲੈਣ ਦੀ ਕੋਸ਼ਿਸ਼ ਕਰਾਂਗੇ ਇੱਕ ਵੇਲੇ ਤੁਹਾਡਾ ਸਵਾਗਤ ਹੈ ਕਟਗਿੰਤੀ ਸੈਸਕੂਤ ਪੀ ਹਰਦੀਪ ਸਿੰਘ ਅਰੀ ਸਾਡੇ ਨਾਲ ਹੈਗੇ ਆ ਹਰਦੀਪ ਸਿੰਘ ਜੀ ਜਿਹੜੀ ਗੱਲਬਾਤ ਆਪਾਂ ਕਰ ਰਹੇ ਹਾਂ ਉਹਦੇ ਵਿੱਚ ਉਹਨਾਂ ਨੇ ਕਟਗਿੰਤੀ ਕੌਮ ਸਿੱਖਾਂ ਦਾ ਜ਼ਿਕਰ ਕੀਤਾ ਨਾਲ ਮੁਸਲਮਾਨ ਭਾਈਚਾਰੇ ਦਾ ਜ਼ਿਕਰ ਕੀਤਾ ਹੈ ਦਲਿਤ ਭਾਈਚਾਰੇ ਦਾ ਜ਼ਿਕਰ ਕੀਤਾ ਹੈ ਮੇਰਾ ਸਵਾਲ ਹੈ ਹਰਦੀਪ ਸਿੰਘ ਜੀ ਜਿਹੜੀ ਇਹਨਾਂ ਸਾਰੀਆਂ ਕੌਮਾਂ ਦਾ ਜ਼ਿਕਰ ਕਰਕੇ ਜਹਦਰ ਸਾਹਿਬ ਨੇ ਇਹ ਵੀ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਜਿਹੜਾ ਗੁਰੂ ਸਾਹਿਬ ਦਾ ਫਲਸਫਾ ਹੈਗਾ ਸਰਬੱਤ ਦਾ ਭਲਾ ਉਸ ਨੂੰ ਅੱਗੇ ਵਧਾਇਆ ਜਾਵੇ ਜਾਂ ਤੁਸੀਂ ਇਹ ਨਹੀਂ ਮੰਨਦੇ ਨੇ ਇਸ ਵਿੱਚ ਕੋਈ ਦੋਰ ਹੈ ਨਹੀਂ ਜਿਹੜੀਆਂ ਸਿਧਾਂਤਕ ਪੱਖ ਤੋਂ ਗੱਲਾਂ ਕਰ ਰਹੇ ਨੇ ਉਹਦੇ ਵਿੱਚ ਉਸ ਦੇ ਉੱਤੇ ਕੋਈ ਕਿੰਤੂ ਨਹੀਂ ਹੈ ਕਿਉਂਕਿ ਜਦੋਂ ਸਿੱਖੀਜ਼ਮ ਗੱਲ ਕਰਦਾ ਹੈ ਗੁਰਮਤ ਦਾ ਫਲਸਫਾ ਜਦੋਂ ਇਹ ਗੱਲ ਕਰਦਾ ਹੈ ਤੇ ਉਹ ਹਰ ਇੱਕ ਮਲੁਖ ਮਾਤਰ ਦੀ ਗੱਲ ਕਰਦਾ ਹੈ ਉਹ ਉਹ ਧਰਮ ਜਾਤ ਰੰਗ ਭੇਦ ਤੋਂ ਉੱਪਰ ਉੱਠ ਕੇ ਗੱਲ ਕਰਦਾ ਹੈ ਇਹ ਪੱਖ ਤੇ ਠੀਕ ਹੈ ਇਹਦੇ ਵਿੱਚ ਕੋਈ ਦੋਰ ਹੈ ਨਹੀਂ ਔਰ ਇਹ ਵੀ درست ਹੈ ਕਿ ਵੀ ਜੇ ਹੋਰਾਂ ਤੇ ਹੋ ਰਹੀ ਹੈ ਤੇ ਉਦੋਂ ਕੋਈ ਗੱਲ ਨਹੀਂ ਤੇ ਕੱਲ ਨੂੰ ਆਪਣੇ ਤੇ ਹੋ ਸਕਦੀ ਐ ਇਸ ਵਿੱਚ ਕੋਈ ਦੋਰ ਆਇਆ ਨਹੀਂ ਇਹ ਸਾਰੀਆਂ ਗੱਲਾਂ درست ਨੇ ਤੇ ਮੁਗਲ ਰਾਜ ਦੀ ਗੱਲ ਕਿਉਂ ਕਰਨੀ ਪੈ ਰਹੀ ਉਹਨਾਂ ਨੂੰ ਦੇਖੋ ਮੁਗਲ ਰਾਜ ਦੀ ਤਾਂ ਐਉਂ ਕਹਿ ਦਈਏ ਕਿ ਵੀ ਉਹਨਾਂ ਨੇ ਮਿਰਖਾ ਲੈ ਕੇ ਕਿਹਾ ਕਿ ਜੇ ਉਹੋ ਜਿਹਾ ਸਮੇਂ ਨਹੀਂ ਰਹੇ ਤੇ ਇਹ ਸਮੇਂ ਵੀ ਨਹੀਂ ਰਹਿਣੇ ਜੇ ਜਿਸ ਉਦੋਂ ਜ਼ਿਆਤੀਆਂ ਹੁੰਦੀਆਂ ਰਹੀਆਂ ਇਹ ਵੀ ਜ਼ਿਆਤੀਆਂ ਹੋ ਜੀਆਂ ਇਹ ਗੱਲ ਕਹਿਣ ਦਾ ਇੱਕ ਇੱਕ ਰੈਫਰੈਂਸ ਦੇ ਵਿੱਚ ਪਾਸਿੰਗ ਰੈਫਰੈਂਸ ਹੈ ਜਿਹਨੂੰ ਕਹਿ ਲਈਏ ਪਰ ਜਿਹੜੀ ਚੀਜ਼ ਆ ਇਹ ਸਾਰਾ ਕੁਝ ਹੈ ਤੇ ਤੁਸੀਂ ਕਰ ਕੀ ਰਹੇ ਹੋ ਉਹ ਤੇ ਦੱਸੋ ਨਾ 2 ਸਾਲਾਂ ਦੇ ਵਿੱਚ ਤੁਹਾਡੇ ਕੋਲ ਕੀ ਪੋਲੀਟੀਕਲ ਸੋਸ਼ਲ ਪਲਾਨ ਹੈਗਾ ਕਿ ਪੋਲੀਟੀਕਲੀ ਸੋਸ਼ਲੀ ਇਕਨੋਮਿਕਲੀ ਕਲਚਰਲੀ ਹੈਨਾ ਫਿਲਾਸੋਫਿਕਲੀ ਸਿੱਖੀਜ਼ਮ ਨੂੰ ਕਿਵੇਂ ਆਪਾਂ ਸਾਂਭਣ ਦੀ ਜਾਂ ਇੱਕ ਸਰਵਾਈਵਲ ਦੀ ਅਸੀਂ ਕੀ ਕੋਸ਼ਿਸ਼ਾਂ ਕਰ ਸਕੀਏ ਤੁਸੀਂ ਸਿੱਧੇ ਤੌਰ ਤੇ ਇਹ ਕਹਿਣਾ ਚਾਹੁੰਦੇ ਹੋ ਕਿ ਬਿਆਨ ਜਾਰੀ ਕਰਨਾ ਜਾਂ ਸੰਬੋਧਨ ਕਰਨਾ ਉਸ ਤੋਂ ਲਾਵਾ ਜ਼ਮੀਨ ਤੇ ਕੰਮ ਕੀ ਕਰਨਾ ਇਹ ਦੋ ਜਿਹਾਂ ਬਹੁਤ ਬਹੁਤ ਫਰਕ ਹੈ ਇਹ ਮੈਂ ਤੇ ਇੱਕ ਕਹਾਂ ਕਿ ਜਿਹੜੀ ਇੱਕ ਖੁਸ਼ੀ ਹੋਈ ਕ੍ਰੈਡੀਬਿਲਟੀ ਹੈ ਜੇ ਉਹ ਭਾਵੇਂ ਗਿਆਨੀ ਵਿਦਾਂਤੀ ਹੋਰਾਂ ਦੇ ਰਾਹੀਂ ਭਾਵੇਂ ਗਿਆਨੀ ਗੁਰਬਚਨ ਸਿੰਘ ਹੋਰਾਂ ਦੇ ਰਾਹੀਂ ਜਿਸ ਤਰ੍ਹਾਂ ਅਕਾਲ ਤਖਤ ਮਿਸਯੂਜ਼ ਹੋਇਆ ਉਹ ਜਿਹੜੀ ਖੁਸ਼ੀ ਹੋਈ ਕ੍ਰੈਡੀਬਿਲਟੀ ਹੈ ਉਸ ਦੀ ਰਿਵਾਈਵਲ ਦੀਆਂ ਕੋਸ਼ਿਸ਼ਾਂ ਨੇ ਮੈਂ ਉਹਨਾਂ ਦੇ ਅਗਰ ਇਸ ਬਿਆਨ ਦੇ ਵਿੱਚ ਹੀ ਵਰਡਸ ਨੂੰ ਲਵਾਂ ਤੇ ਉਹ ਕਹਿੰਦੇ ਨੇ ਕਿ ਸੰਸਥਾਵਾਂ ਦੀ ਕ੍ਰੈਡੀਬਿਲਟੀ ਖਤਮ ਕੀਤੀ ਜਾ ਰਹੀ ਹੈ ਕੀਤੀ ਜਾ ਰਹੀ ਹੈ ਜਾਂ ਹੋ ਰਹੀ ਹੈ ਜਾਂ ਹੋ ਚੁੱਕੀ ਹੈ ਦੂਜੀ ਹੁਣ ਗੱਲ ਹੈਗੀ ਇਹ ਕਹਿੰਦੇ ਨੇ ਕਿ ਸੰਸਥਾਵਾਂ ਵਿੱਚ ਬੈਠੇ ਆ ਤੇ ਸੰਸਥਾਵਾਂ ਤੋਂ ਬਾਹਰ ਬੈਠੇ ਆ ਦੋਹਾਂ ਵਿੱਚ ਗਠਜੋੜ ਦਾ ਸ਼ੱਕ ਹੈ ਵੀ ਇੱਕ ਤਾਂ ਵਿਦਿਨ ਇੰਸਟੀਚੂਸ਼ਨਸ ਵੀ ਹੋ ਰਿਹਾ ਹੈਗਾ ਤੇ ਆਊਟਸਾਈਡ ਵੀ ਹੋ ਰਿਹਾ ਹੈ ਤੇ ਇਹ ਦੋਹੇ ਰਲੇ ਹੋਏ ਨਹੀਂ ਇਹ ਕਹਿਣਾ ਚਾਹੁੰਦੇ ਨੇ ਫਿਰ ਮੇਨ ਉਹਨਾਂ ਦਾ ਸਟ੍ਰੈਸ ਹੀ ਹੈ ਕਿ ਆਓ ਰਲ ਕੇ ਇਸ ਕ੍ਰੈਡੀਬਿਲਟੀ ਨੂੰ ਬਚਾਈਏ ਬਚਾਈਏ ਤਾਂ ਸਹੀ ਲੇਕਿਨ ਜਦੋਂ ਤੁਸੀਂ ਅਪਾਇੰਟ ਹੀ ਹੈਗੇ ਉਹ ਪੋਲੀਟਿਸ਼ੀਅਨਸ ਦੇ ਅਪਾਇੰਟ ਹੀ ਹੈਗੇ ਇੱਕ ਸੰਸਥਾ ਦੇ ਤਿਉ ਬਚਾ ਕੇ ਲੈ ਕੇ ਕਿੱਥੇ ਜਾਣਾ ਕਿਹਦੇ ਲਈ ਵਰਤਣਾ ਇਹ ਤੇ ਗੱਲ ਨੂੰ ਘੱਟੋ ਘੱਟ ਸਪਸ਼ਟ ਕਰਨਾ ਬਣਦਾ ਹੈ ਗੱਲ ਤੇ ਹੈ ਕਿ ਕੀ ਮੌਜੂਦਾ ਸਿਸਟਮ ਦੇ ਵਿੱਚ ਜੋ ਇਹ ਇੰਸਟੀਚਿਊਸ਼ਨ ਦੇ ਉੱਤੇ ਬੈਠੇ ਅਹੁਦੇਦਾਰ ਨੇ ਬਤੌਰ ਜਿਹਨਾਂ ਨੂੰ ਹੈੱਡ ਮਿਨਿਸਟਰ ਜਥੇਦਾਰ ਕਹਿੰਦੇ ਆ ਤੇ ਉਹ ਕੀ ਆਮ ਸਿੱਖਾਂ ਦੇ ਅਪੁਆਇੰਟੀ ਨੇ ਅਪੁਆਇੰਟਡ ਹੈਗੇ ਨੇ ਨਹੀਂ ਉਹ ਇੱਕ ਸੰਸਥਾਿਕ ਧਿਰ ਵੱਲੋਂ ਐਂ ਕਹਿ ਲਿਏ ਕਿ ਜਿਦਾਂ ਮੌਜੂਦਾ ਦੌਰ ਨੂੰ ਮੈਂ ਇੱਕ ਮਿਸਲਾਂ ਦੇ ਦੌਰ ਵਾਂਗ ਵੀ ਵੇਖਦਾ ਇਹ ਸਾਰੀਆਂ ਮਿਸਲਾਂ ਹੋਈਆਂ ਪਈਆਂ ਤੇ ਉਹ ਇੱਕ ਮਿਸਲ ਦੇ ਜਥੇਦਾਰ ਬਣ ਕੇ ਗੱਲ ਕਰਨੀ ਹੈਗੀ ਐ ਉਹ ਕਦੇ ਸੰਭਵ ਨਹੀਂ ਹੋਣੀ ਉਸ ਦੇ ਵਿੱਚ ਦੇਖੋ ਅੱਗੇ ਫੇਰ ਕਹਿ ਦਿੰਦੇ ਨੇ ਕਿ ਮੈਂ ਹੀ ਸਹੀ ਹਾਂ ਇਹ ਉਹਨਾਂ ਦੇ ਜੋ ਬਿਆਨ ਹੈ ਉਸ ਦੇ ਸਪੀਚ ਹੈ ਉਸ ਦਾ ਪਾਰਟ ਹੈ ਮੈਂ ਹੀ ਸਹੀ ਹਾਂ ਇਹ ਇੱਕ ਘਾਤਕ ਬਿਮਾਰੀ ਹੈ ਇਹਦਾ ਮਤਲਬ ਭਾਈ ਅਸੀਂ ਸਹੀ ਹਾਂ ਇਹ ਵੀ ਮੰਨ ਲਓ ਅਸੀਂ ਜੋ ਗੱਲ ਕਹਿੰਨੇ ਆ ਜਾਂ ਜਿਹੜੇ ਸਾਡੇ ਸਾਥੀ ਨੇ ਜਾਂ ਸਾਡੇ ਜਿਹੜੇ ਪਿਸ਼ੋਕੜ ਦੇ ਉੱਤੇ ਰਾਜਨੀਤਿਕ ਤੇ ਰਹਿ ਉਹ ਵੀ ਸਹੀ ਐ ਇਸੇ ਫਿਰ ਹੋਰ ਅੱਗੇ ਗੱਲ ਕੀਤੀ ਜਾਂਦੀ ਐ ਕਿ ਗੁਰੂ ਤੇ ਭਰੋਸਾ ਰੱਖੋ ਗੁਰੂ ਨੂੰ ਗੁਰੂ ਨਹੀਂ ਬਾਹ ਫੜਨੀ ਐ ਜੇ ਗੁਰੂ ਬਾਹ ਨਹੀਂ ਫੜਦਾ ਤਾਂ ਸਰਕਾਰਾਂ ਵੀ ਬਾਹ ਨਹੀਂ ਫੜਦੀਆਂ ਦੇਖੋ ਗੱਲ ਕਿੱਥੋਂ ਦੀ ਕਿਸ ਢੰਗ ਦੇ ਨਾਲ ਇਸ਼ਾਰੇ ਹੁੰਦੇ ਨੇ ਫਿਰ ਇੱਕ ਗੱਲ ਕੀਤੀ ਜਾਂਦੀ ਐ ਕਿ ਬੁੱਧੀ ਜੀਵੀਆਂ ਨੂੰ ਧੜੇ ਧੜੇ ਨੂੰ ਬੇਨਤੀ ਕੀਤੀ ਜਾਂਦੀ ਐ ਕਿ ਉਹ ਧੜੇ ਬੰਦੀਆਂ ਤੋਂ ਉੱਠ ਕੇ ਸਾਡਾ ਸਾਥ ਦਿਓ ਸਾਡਾ ਸਾਥ ਦਿਓ ਜਾਂ ਗੁਰੂਪੰਥ ਦੀ ਗੱਲ ਇਹ ਗੱਲ ਜਿਹੜੀਆਂ ਬੁੱਧੀਜੀਵੀਆ ਨੂੰ ਛੱਡ ਕੇ ਜਿਹੜੀਆਂ ਸਟੈਬਲਿਸ਼ ਰਾਜਨੀਤਿਕ ਧਿਰਾਂ ਨੇ ਤੇ ਇਹਨਾਂ ਸੰਸਥਾਵਾਂ ਦੇ ਉੱਤੇ ਕਾਬਜ ਲੋਕ ਨੇ ਉਹਨਾਂ ਨੂੰ ਕੋ ਕਿ ਤੁਸੀਂ ਅਕਾਲ ਤਖਤ ਦਾ ਸਾਥ ਦਿਓ ਤੁਸੀਂ ਇੱਕ ਸਿੱਖ ਸਿਧਾਂਤਾਂ ਦਾ ਸਾਥ ਦਿਓ ਇਹ ਤੇ ਆਵਾਜ਼ ਨਹੀਂ ਇੱਕ ਦਿਨ ਵੀ ਦਿੱਤੀ ਗਈ ਸੋ ਇਹ ਕਿਤੇ ਨਾ ਕਿਤੇ ਮਹਿਸੂਸ ਕੀਤਾ ਜਾਂਦਾ ਹੈ ਕਿ ਇਹ ਸਾਰੀ ਗੱਲ ਇੱਕ ਉਸ ਅਹੁਦੇ ਦੀ ਉਸ ਸੀਟ ਦੀ ਜਾਂ ਇੱਕ ਇੰਡੀਵਿਜੂਅਲ ਜਿਹੜਾ ਉਸ ਦੇ ਉੱਤੇ ਆਪਨਾ ਐਕਟ ਕਰਦਾ ਹੈ ਉਸ ਦੀ ਰਿਵਾਈਵਲ ਦੀ ਉਸ ਦੀ ਕ੍ਰੈਡੀਬਿਲਟੀ ਬਣਾਉਣ ਦੀ ਸੋ ਥੈਟ ਕੱਲ ਨੂੰ ਉਹ ਕੱਲ ਨੂੰ ਪਹਿਲੇ ਯੂਜ਼ ਹੁੰਦੇ ਰਹੇ ਨੇ ਤੇ ਕੱਲ ਦੀ ਕੀ ਆਸ ਹੈ ਕਿ ਕੀ ਕੀਤਾ ਜਾ ਸਕਦਾ ਹੈ ਸੋ ਸਭ ਤੋਂ ਪਹਿਲਾਂ ਮੈਂ ਤਾਂ ਜਿੱਦਾਂ ਪਹਿਲਾਂ ਵੀ ਗੱਲ ਕਹੀ ਸੀ ਕਿ ਜੇ ਕ੍ਰੈਡੀਬਿਲਟੀ ਨੂੰ ਆਪਾਂ ਇਸ ਨੂੰ ਸੰਸਥਾਵਾਂ ਦੀ ਨੂੰ ਬਣਾਉਣਾ ਹੈ ਤਾਂ ਉਹ ਇਹ ਹੈ ਕਿ ਜਥੇਦਾਰ ਦਾ ਜੇ ਅਹੁਦਾ ਹੈ ਗੁਰਦੁਆਰਾ ਐਕਟ ਦੇ ਮੁਤਾਬਿਕ ਇੱਕ ਬਣਾਇਆ ਹੋਇਆ ਇੱਕ ਸੰਸਥਾ ਵੱਲੋਂ ਬਣਾਇਆ ਹੋਇਆ ਉਸ ਦੇ ਚ ਹੈੱਡ ਮਿਨਿਸਟਰ ਦਾ ਅਹੁਦਾ ਸੀ لیکن اگر ایک کسی کہیے کہ قوم دی اک جھٹتا اک مُٹھتا دی گل ہو سکدی ہے تے پھر تے اک ਸੰਸਾਰ ਪੱਧਰ ਦੇ سارے ਸਿੱਖਾਂ ਦੀ ਇੱਕ ਐਸਪੀਰੇਸ਼ਨ ਦੇ ਮੁਤਾਬਿਕ ਇੱਕ ਸਾਂਝੀ ਧਿਰ ਜਿਹੜੀ ਬਣ ਕੇ ਲੈਣਾ ਇਸ ਗੱਲ ਨੂੰ ਚਲਾਉਣਾ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੋਣ ਬੋਲ ਰਿਹਾ ਜੀ ਕਿੱਥੋਂ ਬੋਲ ਰਿਹਾ ਸਰ ਮੈਂ ਸੇਨਸੂਰ ਮੁੰਡਾ ਕੈਲੀਫੋਰਨੀਆ ਤੋਂ ਹਾਂਜੀ ਹਾਂਜੀ ਤੁਸੀਂ ਆਪਣਾ ਸਵਾਲ ਕਰ ਸਕਦੇ ਹੋ ਜੀ ਪਾਜੀ ਮੈਂ ਫਾਦਪੁਰੋਂ ਬੋਲ ਨਹੀਂ ਕਰਦਾ ਮੈਂ ਮੋਹਕੇ ਤੋਂ ਲਾਈ ਕਰਦਾ ਸ਼ੁਕਰੀਆ ਜੀ ਸ਼ੁਕਰੀਆ ਤੁਸੀਂ ਆਪਣਾ ਸਵਾਲ ਕਰ ਸਕਦੇ ਜੀ ਸੁਨਦਰ ਜੀ ਜੀ ਮੈਂ ਇਹਨਾਂ ਤੁਸੀਂ ਲੀਡਰ ਬੁਲਾਉਂਦੇ ਆ ਨਾ ਤੁਸੀਂ ਇਹ ਕੁਝ ਨਹੀਂ ਕਰਦਾ ਜੀ ਹੂੰ ਕੁਝ ਨਹੀਂ ਕਰਦਾ ਮੈਂ 85 ਤੋਂ ਮੈਂ ਦੇਖਿਆ ਜੀ ਮੈਂ ਇਹਦੀ ਅਜਮੈਂ ਮੈਂ ਤੇ 80 ਮੈਂ ਜੀ ਅਮਰੀਕਾ ਆ ਗਿਆ ਸੀ ਮੈਂ ਜੀ ਇਹ ਇਹਨੇ ਕੁਛ ਨਹੀਂ ਕਰਾ ਤੋ ਆਪਾਂ ਬੜਾ ਜੋਰ ਲਾ ਦੇ ਲਿਆ ਬਾਏ ਬਾਦ ਲਿਆ ਚਾਹੀ ਬਰਿੰਦਰ ਸਿੰਘ ਆ ਜਾ ਕੋਈ ਵੀ ਆ ਸਾਨੂੰ ਲੋਕਾਂ ਨੂੰ ਬਣਾਉਂਦੇ ਆ ਦੇ ਗੂਜੀ ਇਹ ਹੂੰ ਸੱਚੀ ਕਹਿੰਨਾ ਮੈਂ ਮੈਂ ਅੱਖੀ ਦੇਖੀ ਮੈਂ ਅੱਖੀ ਦੇਖੇ ਮੈਂ ਅੱਤੀ ਤੇ ਫਿਰ ਇਹਦਾ ਹੱਲ ਕੀ ਹੈ ਸੁਨਹਿਦਾ ਜੀ ਤੁਸੀਂ ਕੋਈ ਹੱਲ ਵੀ ਸੋਚਿਆ ਹੋਊਗਾ ਤੁਸੀਂ ਇਹਨੇ ਆਪਾਂ ਆਪਾਂ ਤੁਸੀਂ ਬੜੀ ਤੁਸੀਂ ਬਹੁਤ ਵੱਡੀ ਬੜੀ ਵਧੀਆ ਤੁਸੀਂ ਪੱਤਰਕਾਰ ਆ ਤੁਸੀਂ ਮਾਦੀਆ ਬਰੋਾ ਪੇਸ਼ ਕਰਦੇ ਆ ਮੈਂ ਤੁਹਾਡੇ ਮੈਂ ਜੀ ਦੇ ਮੈਂ ਕਿਹਤ ਕੰਮ ਕਰਦੇ ਠੱਕੇ ਖਾਨੇ ਇਥੇ ਜਿੱਤਾਂ ਤੁਸੀਂ ਕੋਈ ਚੰਗਾ ਸੁਝਾਅ ਦਿਓ ਬੰਦਿਆਂ ਨੂੰ ਤੇ ਤੁਸੀਂ ਚੰਗੇ ਬਣੋ ਕਿ ਆਪਾਂ ਕਹਨੂੰ ਆਪਣੀ ਆਪਣੀ ਕੰਮ ਨੂੰ ਪੁੱਠੇ ਰਾਸਤੇ ਪਾਇਆ ਪਿਆ ਨੇ ਹੂੰ ਇਹਨਾਂ ਲੋਕਾਂ ਦਾ ਕੀ ਬਣਨਾ ਕੁਛ ਨਹੀਂ ਵਿਗੜਦਾ ਇਹਨਾਂ ਦਾ ਲੋਕਾਂ ਦਾ ਕੁਛ ਨਹੀਂ ਵਿਗੜਦਾ ਇਹ ਤਾਂ ਐਸ਼ ਕਰਦੇ ਆ ਇਹ हां जी सुरेंद्र जी ठीक ठीक है ਤੁਹਾਡੀਆਂ ਭਾਵਨਾਵਾਂ ਦੀ ਅਸੀਂ ਕਦਰ ਕਰਦੇ ਆ ਮੈਂ ਤੁਹਾਡੇ ਸਵਾਲ ਹੀ ਅੱਗੇ ਲੈ ਕੇ ਜਾ ਰਿਹਾ ਹਰਦੀਪ ਸਿੰਘ ਜੀ ਕੋਲੇ ਧੰਨਵਾਦ ਕਰਦਾ ਜੀ ਤੁਹਾਡਾ सुरेंद्र ਜੀ ਥੈਂਕ ਯੂ ਬਾਜੀ ਸ਼ੁਕਰੀਆ ਸ਼ੁਕਰੀਆ ਇਹ ਇਹਨਾਂ ਦਾ ਕੋਈ ਵੱਖਰੇ ਤਰ੍ਹਾਂ ਦਾ ਨਜ਼ਰੀਆ ਹੈ ਇਹ ਕਹਿੰਦੇ ਵੀ ਕੌਮ ਨੂੰ ਬੇਵਕੂਫ ਬਣਾਇਆ ਜਾ ਰਿਹਾ ਹਰਦੀਪ ਸਿੰਘ ਜੀ ਇਸ ਸਵਾਲ ਦਾ ਜਵਾਬ ਹੋਵੇਗਾ ਤੁਹਾਡੇ ਕੋਲੇ ਨਹੀਂ ਮੈਂ ਇਹਨਾਂ ਦੀ ਗੱਲ ਨਾਲ ਸਹਿਮਤ ਹਾਂ ਕਿ ਇਹ ਨਜ਼ਰੀਆ ਵੱਖਰਾ ਨਹੀਂ ਹੈ ਇਹ ਇਹ ਅਸਲ ਸੱਚ ਹੈ ਬੇਸਿਕਲੀ ਹੂੰ ਕਿ ਇਹ ਆਮ ਜਨਤਾ ਨੂੰ ਆਮ ਲੋਕਾਂ ਨੂੰ ਤੇ ਇਸ ਦੇ ਵਿੱਚ ਜਿਹੜਾ ਉਲਝਾ ਕੇ ਆਪਣੇ ਜਿਹੜੇ ਪਰਪਸੇਸ ਹੈਗੇ ਨੇ ਉਹਨਾਂ ਦੇ ਪੋਲਿਟੀਕਲ ਉਹਨਾਂ ਦੇ ਆਪਣੇ ਮਕਸਦ ਹੈਗੇ ਨੇ ਉਹਨਾਂ ਨੂੰ ਪੂਰਾ ਕੀਤਾ ਜਾ ਰਿਹਾ ਕੌਮ ਨੂੰ ਤਾਂ ਹਮੇਸ਼ਾ ਵਰਤਿਆ ਗਿਆ ਹੈਗਾ ਮੈਂ ਇਹ ਨਜ਼ਰੀਆ ਰੱਖਿਆ ਆਪ ਦੇਸ਼ ਲਈ ਵਰਤਿਆ ਕਿਉਂਕਿ ਇਸ ਨਜ਼ਰੀਏ ਨੂੰ ਹਮੇਸ਼ਾ ਵੱਖ ਰੱਖਿਆ ਜਾਂਦਾ ਹੈ ਇਸੀ ਤਾਂ ਗੱਲ ਹੀ ਨਹੀਂ ਹੁੰਦੀ ਬਿਲਕੁਲ ਬਿਲਕੁਲ ਇਹ ਠੀਕ ਹੈ ਕਿ ਇਹੋ ਹੀ ਗੱਲ ਹੈਗੀ ਹੈ ਕਿ ਹਰ ਇੱਕ ਪੋਲਿਟੀਕਲ ਪਾਰਟੀ A B C D ਉਹ ਕੇਵਲ ਤੇ ਕੇਵਲ ਆਪ ਦੇ ਨਜ਼ਰੀਏ ਤੋਂ ਕਿਵੇਂ ਅਸੀਂ ਉਹ ਸੱਤਾ ਦੇ ਉੱਤੇ ਕਾਬੂਜ ਹੋਣਾ ਕਿਵੇਂ ਉਹ ਸੰਸਥਾਵਾਂ ਜਿਹੜੀਆਂ ਨੇ ਉਹ ਸਾਡੇ ਹੱਕ ਚ ਭੁਗਤਨ ਇਸ ਗੱਲ ਵੱਲ ਸਭ ਦਾ ਧਿਆਨ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਰੇਸ਼ਵ ਸਿੰਘ ਬੋਲਦਾ ਮੈਂ ਯੋਰਤੋਂ ਹਾਂਜੀ ਰੇਸ਼ਵ ਜੀ ਤੁਸੀਂ ਆਪਣਾ ਸਵਾਲ ਕਰ ਸਕਦੇ ਹੋ ਜੀ ਅੱਛਾ ਬਲਵਿੰਦਰ ਤੁਹਾਡਾ ਪ੍ਰੋਬਲਮ ਕੀ ਦੱਸਣੀ ਹੈ ਹਾਂਜੀ ਤੁਸੀਂ ਜਦ ਵੀ ਮੁੱਦੇ ਲੈ ਕੇ ਆਉਂਦੇ ਮਤਲਬ ਸਿੱਖ ਕੌਮ ਦੇ ਤੇ ਲੋਕਾਂ ਦੇ ਦਰਦ ਦੇ ਲੈ ਕੇ ਆਉਂਦੇ ਹੋ ਤੇ ਅੱਜ ਦਾ ਮੁੱਦਾ ਵੀ ਮੈਂ ਤੁਹਾਡਾ ਦੇਖ ਰਿਹਾ ਸੀ ਬਹੁਤ ਅੱਛਾ ਲੱਗਦਾ ਪਰ ਗੱਲ ਹੈ ਜੀ ਇਸ ਤਰ੍ਹਾਂ ਦੇ ਮੰਨ ਲਓ ਜਿਹੜਾ ਧਾਰਮਿਕ ਆ ਉਹਨੂੰ ਰਾਜਨੀਤੀ ਆਪਣੇ ਹਿਸਾਬ ਨਾਲ ਚਲਾ ਰਹੀ ਆ ਜੀ ਹਰ ਮੰਦਰ ਸਾਹਿਬ ਅਕਾਲ ਤਖਤ ਦੇ ਹਮਲੇ ਤੋਂ ਲੈ ਕੇ ਹੁਣ ਤੱਕ ਤੁਸੀਂ ਇਸ ਗੱਲ ਨੂੰ ਬੜੀ ਗੰਭੀਰਤਾ ਨਾਲ ਸੋਚੋ ਉਹਦੇ ਪਿੱਛੇ ਰਾਜਨੀਤੀ ਕੰਮ ਕਰ ਰਹੀ ਸੀ ਅੱਜ ਜੋ ਬਿਆਨ ਦਿੱਤਾ ਮੰਨ ਲਓ ਉਹ ਅਕਾਲ ਤਖਤ ਦੇ ਜਥੇਦਾਰ ਸਾਹਿਬ ਨੇ ਉਹਨਾਂ ਦੀ ਇੱਡੀ ਕੋ ਆਪਣੀ ਹਸਿਆਤ ਨਹੀਂ ਹੈਗੀ ਕਿ ਮੰਨ ਲਓ ਉਹ ਐਡਾ ਵੱਡਾ ਬਿਆਨ ਦੇ ਦੇਣ ਤੇ ਦੂਸਰੀ ਗੱਲ ਇਹ ਆ ਕੀ ਜੋ ਅਕਾਲ ਤਖਤ ਦੇ ਜਥੇਦਾਰ ਬਿਆਨ ਦੇ ਰਹੇ ਆ ਕਿ ਉਹ ਤੇ ਕੱਲੂ ਖੜਨਗੇ ਉਹ ਕਾਨੂੰ ਫੜ ਕੇ ਕਦੇ ਵੀ ਉਹਨਾਂ ਨੂੰ ਕੋਈ ਮੱਲਬ ਰਾਜਨੀਤਿਕ ਬੰਦਾ ਜਿਹੜਾ ਤੁਸੀਂ ਸਾਨੂੰ ਜਾਣਦੇ ਆ ਇਸ ਵੇਲੇ ਜੋ ਉਹਨਾਂ ਦੇ ਹੱਥ ਦੇ ਵਿੱਚ ਬਾਗ ਡੋ ਰਿਹਾ ਉਹ ਕਾਲੀ ਦਲ ਦੇ ਹੱਥ ਦੇ ਵਿੱਚ ਸਖਵੀਰ ਸਿੰਘ ਬਾਦਲ ਦੇ ਕਾਨੂੰ ਕਦੇ ਵੀ ਫੜ ਕੇ ਉਹਨਾਂ ਨੂੰ ਪਾਸੇ ਕਰ ਦੇਣ ਤਾਂ ਉਹਨਾਂ ਨੇ ਇੱਕ ਮਿੰਟ ਕੇ ਪਿੱਛੇ ਹੋ ਜਾਣਾ ਤੇ ਦੇਖਣਾ ਤਾਂ ਇਹ ਪੈ ਗਿਆ ਕਿ ਸਾਡਾ ਧਰਮ ਜਾ ਕੇ ਦਿਨੂ ਰਿਹਾ ਜਾਂ ਕਿ ਸਾਡਾ ਤਾਂ ਧਰਮ ਸਦਾ ਮਲ ਮਜਲੂਮਾਂ ਦੀ ਮਦਦ ਕਰਨਾ ਪਰ ਅਸੀਂ ਤਾਂ ਖੁਦ ਮਜਲੂਮ ਹੋ ਚੁੱਕੇ ਹਾਂ ਤੁਹਾਡਾ ਮੁੱਦਾ ਲੈ ਆਉਣ ਲਈ ਬਹੁਤ ਬਹੁਤ ਧੰਨਵਾਦ ਥੈਂਕ ਯੂ ਵੈਰੀ ਮਚ ਠੀਕ ਹੈ ਜੀ ਰਸ਼ਮੀ ਸ਼ੁਕਰੀਆ ਮੈਂ ਰਿਸ਼ਵੀ ਜੀ ਸਵਾਲ ਦਾ ਜਵਾਬ ਤੁਰ ਤੋਂ ਮੈਂ ਬਾਤ ਵਿੱਚ ਲੈਣਾ ਇੱਕ ਛੋਟਾ ਵਕਫਾ ਲੈ ਲਿਆ ਹਰਦੀਪ ਸਿੰਘ ਜੀ ਵਕਫੇ ਦਾ ਵਾਪਸ ਮੇਲਾ ਕਿ ਮਜ਼ਲੂਮ ਕੌਣ ਹੈ ਮਜ਼ਲੂਮਾ ਦੀ ਮਦਦ ਕਰਨ ਵਾਸਤੇ ਸਿੱਖ ਅੱਗੇ ਆਉਂਦੇ ਆ ਸਿੱਖ ਪਾਈਚਾਰਾ ਕੇ ਆਉਂਦਾ ਹੈ ਪਰ ਹੁਣ ਜਿਹੜਾ ਸਵਾਲ ਹੈ ਉਹ ਆਪਣੇ ਆਪ ਵਿੱਚ ਵੱਡਾ ਹੋ ਚੱਲਿਆ ਕਿ ਸ਼੍ਰੀ ਕਾਲ ਤਖਸਬ ਦੇ ਕਾਰਜਕਾਰੀ ਜਸਦਰ ਸਾਹਿਬ ਦਾ ਜਿਹੜਾ ਬਿਆਨ ਹੈਗਾ ਉਸ ਤੇ ਸਿਰਫ ਸਿਆਸਤ ਹੋ ਰਹੀ ਹੈ ਅਸਲ ਮੁੱਦਾ ਜਿਹੜਾ ਉਹ ਪਿੱਛੇ ਛੁਪਿਆ ਹੋਇਆ ਨਜ਼ਰ ਆ ਰਿਹਾ ਘਟ ਗਿੰਤੀਆਂ ਨੂੰ ਜਿਹੜੀ ਦਿੱਕਤ ਹੈ ਕੀ ਹੈ ਤੇ ਉਸ ਨੂੰ ਉਸ ਨਜ਼ਰੀਏ ਨਾਲ ਨਾ ਦੇਖ ਕੇ ਇਹ ਦੇਖਿਆ ਜਾ ਰਿਹਾ ਹੈ ਕਿ ਸ਼ਰਮਣੀ ਘਾਤਲ ਆਪਣੀ ਸਿਆਸਤ ਚਮਕਾਉਣ ਲਈ ਸਭ ਕੁਝ ਕਰਦਾ ਪਿਆ ਕਿਉਂ ਇਹ ਦੇਖਿਆ ਜਾ ਰਿਹਾ ਬਾਰ ਬਾਰ ਅਸੀਂ ਇਹੀ ਸਵਾਲ ਕਰ ਰਹੇ ਹਾਂ ਮੁੱਦਾ ਹੀ ਵਾਪਸ ਆ ਰਿਹਾ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਘਟ ਗੈਂਦੀ ਸਿਆਸਤ ਕਿਉਂ ਦੱਪੀ ਤੇ ਜਿਹੜੇ ਵੀ ਕਾਲਰਸ ਕਾਲ ਕਰ ਰਹੇ ਹੈ ਕਿ ਆ ਮੈਨੂੰ ਤਗੀਦ ਹੈ ਕਿ ਆ ਆਪਣੀ ਗੱਲ ਫਟਾਫਟੋ ਕਰਨ ਤੇ ਚੰਗਾ ਲੱਗੇਗਾ ਤੇ ਅਸੀਂ ਤਾਂ ਜੋ ਵਤ ਵਤ ਕਾਲਸ ਵੀ ਲੈ ਸਕੀਏ ਆ ਦਾ ਨਾਮ ਤੇ ਅਬ ਤੇ ਸ਼ਹਿਰ ਦਾ ਨਾਮ ਉਹ ਜਲਦੀ ਦੱਸ ਦੇ ਕੰਦਾ ਬਿਹਤਰ ਹੋਏਗਾ ਹਾਂਜੀ ਹਰਦੀਪ ਸਿੰਘ ਜੀ ਮੈਂ ਕਾਲਸ ਲੈ ਲਾ ਇੱਕ ਦੋ ਨਾਲ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੇਪ ਸਿੰਘ ਜੀ ਹਾਂਜੀ ਹਾਂਜੀ ਬੋਲੋ ਜੀ ਬੋਲੋ ਸਰ ਫਿਰ ਤੋਂ ਸਤਿ ਸ਼੍ਰੀ ਅਕਾਲ ਜੀ ਮੈਂ ਹਰਦੇਵਾਲ ਸਿੰਘ ਭੁੱਲਰ ਬੋਲਦਾ ਫਿਰ ਨੋਕ ਲੈ ਕੋਰੀਆਂ ਤੋਂ ਹਾਂ ਹਾਂਜੀ ਹਾਂਜੀ ਤੁਸੀਂ ਆਪਣਾ ਸਵਾਲ ਕੇਪੀ ਸਿੰਘ ਜੀ ਮੈਂ ਤੁਹਾਨੂੰ ਦਾ ਸਲੂਟ ਮਾਰਦਾ ਔਰ ਇਹਨਾਂ ਤੁਹਾਨੂੰ ਨਾ ਸ਼ਾਬਾਸ਼ ਦਿਨਾ ਵਾ ਕਿ ਮੈਂ ਸਾਡਾ ਟੂ ਦਾ ਪਾਰਟ ਰੋਜ਼ ਬਿੰਨਾ ਵਾ ਔਰ ਅੱਜ ਵੀ ਵੇਖਿਆ ਸਵੇਰੇ ਮਾਰਨਿੰਗ ਟਾਈਮ ਉਹ ਜਿਸ ਤਰੀਕੇ ਨਾਲ ਤੁਸੀਂ ਪਹਿਲਾਂ ਇਸਟਾ ਨੂੰ ਸਭੋ ਸਾਹਮਣੇ ਇੱਕ ਦੋ ਨੇ ਸੱਚੀ ਦੀ ਗੱਲ ਦੱਸਦੇ ਹੋ ਨਾ ਮੈਂ ਨਾ ਕਮਾਲ ਹੈਦਾ ਸੀ ਅੱਜ ਦਾ ਮੇਰਾ ਕੋਈ ਖਾਸ ਪ੍ਰੋਗਰਾਮ ਹੈ ਤੇ ਟੀਵੀ ਲੈ ਤੇ ਖੁਦ ਦੀ ਤੁਹਾਡੇ ਆ ਕੇ ਹੋਣ ਦਾ ਸੀ ਅੱਜ ਦਾ ਪ੍ਰੋਗਰਾਮ ਬੰਦਾ ਤੇ ਬੜੀ ਖੁਸ਼ੀ ਹੋਈ ਹੈ ਮੈਨੂੰ ਬੜੇ ਚਿਰ ਤੋਂ ਚਾਹ ਸੀ ਵੀ ਮੈਂ ਤੁਹਾਡੇ ਨਾਲ ਗੱਲ ਕਰਕੇ ਵੇਖਾਂ ਤੁਹਾਨੂੰ ਸ਼ਾਬਾਸ਼ ਜੀ ਸੱਚੀ ਮੁੱਚੀ ਤੁਹਾਡੇ ਵਰਗੇ ਕਿਤੇ ਜਿੰਦਾ ਦਿਲ ਬੰਦੇ ਜਿਹੜੇ ਨੇ ਇਹ ਕਿਤੇ ਹੋਰ ਵੀ ਪੈਦਾ ਹੋਣ ਔਰ ਤੁਹਾਨੂੰ ਵੈਗਰ ਹੋਰ ਛੜਦੀ ਕਲਾ 'ਚ ਕਰੇ ਤੁਹਾਨੂੰ ਹੋਰ ਬਖਸ਼ੇ ਤਸ ਤਾਂ ਜਿਸੇ ਤਰੀਕੇ ਨਾਲ ਇਸ ਕੌਮ ਦੀ ਇਸ ਚੈਨਲ ਦੀ ਸੇਵਾ ਕਰਦੇ ਰਹੋ ਇੱਕ ਟਵਾਣਾ ਸਾਹਿਬ ਨੇ ਉਹ ਵੀ ਬੜੀ ਵਧੀਆ ਸੋਹਣੀ ਗੱਲ ਕਰਦੇ ਨੇ ਕਈ ਮੁੱਦਿਆਂ ਤੇ ਪਰ ਮੈਂ ਫਰੀ ਨਾ ਤੁਹਾਡੇ ਤੋਂ ਜਿਹੜੇ ਤੁਸੀਂ ਇੰਨੀ ਸੱਚੇ ਸੁੱਚੇ ਤਰੀਕੇ ਨਾਲ ਹਰ ਇੱਕ ਨੂੰ ਬਰੋਤ ਰਾਹਤੇ ਤੇ ਉਰਥੋੜੇ ਤੇ ਅੱਜ ਦੇ ਮੁੱਦੇ ਤੇ ਮੈਂ ਤੇ ਕਿਉਂ ਗੱਲ ਕਰਦੀ ਵੀ ਸ਼ੁਕਰ ਹੈ ਕਿ ਜਿਹੇਦਾਰ ਸਾਹਿਬ ਨੇ ਕੁਝ ਤੇ ਗੱਲ ਕੀਤੀ ਭਾਵੇਂ ਉਹ ਕਾਰਜਕਾਰੀ ਜਿਹੇਦਾਰ ਨੇ ਕੁਝ ਨਾ ਕਾਇਤ ਗੱਲ ਸੱਚੀ ਕੀਤੀ ਬਾਕੀ ਜਿਹੇਦਾਰ ਵਿਚਾਰੇ ਸੁੱਪ ਕਰਕੇ ਸਾਰੇ ਬੈਠੇ ਨੇ ਸਾਰੇ ਹੈੱਡ ਗ੍ਰੰਥੀ ਬੈਠੇ ਨੇ ਕਿਸੇ ਨੇ ਕਦੀ ਕਿਸੇ ਦੀ ਗੱਲ ਸੱਚ ਦੀ ਗੱਲ ਨਹੀਂ ਕੀਤੀ ਸ਼ੁਕਰ ਹੈ ਕਿ ਕਿਸੇ ਨੂੰ ਸੱਚ ਬੋਲਣ ਦੀ ਹੱਤ ਪਈਆ ਸਤਿ ਸ੍ਰੀ ਅਕਾਲ ਜੀ ਇੰਨੀ ਗੱਲ ਕਹਿਣ ਦਾ ਸਮਾਂ ਦਿੱਤਾ ਸ਼ੁਕਰੀਆ ਜੀ ਸ਼ੁਕਰੀਆ ਜੀ ਹਰਦੇਵ ਜੀ ਸ਼ੁਕਰੀਆ 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 ਜੀ ਥੈਂਕ ਹਾਂਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਸਤਿ ਸ੍ਰੀ ਅਕਾਲ ਵੀਰ ਸਤਿ ਸ੍ਰੀ ਅਕਾਲ ਹਾਂਜੀ ਤੁਸੀਂ ਆਪਣਾ ਸਵਾਲ ਕਰ ਸਕਦੇ ਹੋ ਜੀ ਕੀ ਨਾਮ ਹੈ ਤੁਹਾਡਾ ਹਾਂਜੀ ਮੈਂ ਸਰਿੰਦਰ ਬੋਲਦੀ ਆ ਜੀ ਨਿਯੁਜਾਰਕ ਤੋਂ ਹਾਂ ਹਾਂਜੀ ਹਾਂਜੀ ਤੁਸੀਂ ਸਵਾਲ ਕਰ ਸਕਦੇ ਹੋ ਸਰਿੰਦਰ ਜੀ ਹਾਂਜੀ ਮੈਂ ਪੋਲਿਟਿਕਸ ਦੇ ਵਿੱਚ ਜਿਆਦਾ ਤਾਂ ਨਹੀਂ ਐ ਪਰ ਤਿੰਨ ਚਾਰ ਸਾਲਾਂ ਦਾ ਥੋੜਾ ਜਿਆ ਇੰਟਰਸਟ ਹੋ ਗਿਆ ਸੁਣ ਸੁਣ ਕੇ ਤੇ ਮੈਂ ਭਾਈ ਸਾਹਿਬ ਤੋਂ ਇਹ ਪੁੱਛਣਾ ਚਾਹੁੰਨੀ ਆ ਕਿ ਹੁਣ ਜਿਹੜਾ ਉਹ ਜਿਹੜਾ ਅਕਾਲੀ ਦਲ ਦਾ ਪ੍ਰਧਾਨ ਐ ਹੁਣ ਉਹ ਸੁਖਵੀਰ ਸਿੰਘ ਬਾਦਲ ਐ ਜਾਂ ਉਹ ਢੀਂਡਸਾ ਐ ਹਾਂ ਠੀਕ ਹੈ ਜੀ ਠੀਕ ਹੈ ਤੁਹਾਡਾ ਸਵਾਲ ਹੈ ਤੁਹਾਡਾ ਸਵਾਲ ਹੈ ਹਾਂਜੀ ਕਿਉਂਕਿ ਉੱਥੋਂ ਇਹਦੀ ਵੀ ਉਹ ਅਨਾਉਂਸਮੈਂਟ ਹੋਣੀ ਚਾਹੀਦੀ ਸੀ ਨਾ ਦਰਬਾਰ ਸਾਹਿਬ ਤੋਂ ਕਿ ਹੁਣ ਅਕਾਲੀ ਦਲ ਦੇ ਨਵੇਂ ਪ੍ਰਧਾਨ ਇਹ ਹੋਣਗੇ ਉਸ ਤੋਂ ਬਾਅਦ ਇੱਕ ਦਿਨ ਇੱਕ ਗੱਲ ਉੱਠਦੀ ਆ ਦੂਜੇ ਦਿਨ ਦੂਜੀ ਉੱਠਦੀ ਆ ਪਹਿਲੀ ਤੇ ਪਰਦਾ ਪਈ ਜਾਂਦਾ ਦੂਜੀ ਆ ਜਾਂਦੀ ਆ ਮਤਲਬ ਕੋਈ ਕਲੈਰੀਫਿਕੇਸ਼ਨ ਪ੍ਰਦਾਨਾਰੇ ਤੇ ਹੋਵੇ ਜੇ ਕੋਈ ਹੁਣ ਇਹ ਅਨਾਉਂਸਮੈਂਟ ਹੋਈ ਆ ਇਹ ਛੋਡੇ ਕੋਲੋਂ ਮੈਂ ਇਹਦੇ ਬਾਰੇ ਜਾਨਣਾ ਚਾਹੁੰਨੀ ਆ ਮਤਲਬ ਫਿਰ ਅਸੀਂ ਆਪਣੀਆਂ ਆਸਾਂ ਵੀ ਉਹੋ ਜਿਹੀਆਂ ਲਾ ਸਕਦੇ ਆ ਠੀਕ ਆ ਜੀ ਠੀਕ ਆ ਤੁਹਾਡਾ ਸਵਾਲ ਥੈਂਕ ਯੂ ਥੈਂਕ ਯੂ ਸ਼ੁਕਰੀ ਸ਼ੁਕਰੀ ਮੈਂ ਇੱਕ ਦੋ ਕਾਲ ਹੋਰ ਲੈ ਲਾਂ ਫਿਰ ਆਪਾਂ ਇਕੱਠੇ ਜਵਾਬ ਲਵਾਂਗੇ ਤੁਹਾਡਾ ਹਾਂਜੀ ਸਤਿ ਸ੍ਰੀ ਅਕਾਲ ਜੀ ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹਾਂ ਸਤਿ ਸ੍ਰੀ ਅਕਾਲ ਜੀ ਹਾਂ ਜੀ ਹਾਂ ਹਾਂਜੀ ਹਾਂਜੀ हां केपीसी बोल रहे हैं हां जी हां जी हां जी कौन बोल रहे हैं जी कित्थों बोल, बोल रहे हैं जी हां है मैं इत्तो ही बोल दे प्रदेप सिंह पंघू हां जी ਤੁਸੀਂ ਆਪਣਾ ਸਵਾਲ ਕਰ ਸਕਦੇ ਹੋ ਪੰਘੂ ਸਾਹਿਬ हां जी ਸਵਾਲ ਮੇਰੇ ਹੈ ਜੀ ਭਾਈ ਜਿਹੜੀਆਂ ਦਿਵੈਟਾ ਜਾਂ ਜੋ ਵੀ ਅੱਜ ਦੇ ਮੁੱਦੇ ਦੇ ਵਿੱਚ ਕੇਪੀ ਸਾਹਿਬ ਪਹਿਲੀ ਵਾਰ ਆਏ ہیں ਇਹ ਮਤਲਬ ਸਵਾਲ ਪੁੱਛ ਰਹੇ ہیں ਔਰ ਇਹ ਮੈਂ ਜਦ ਤੋਂ ਆਪਣਾ ਪਹਿਲਾ ਜਿਹੜੇ ਹੁੰਦੇ ਸੀ ਆਪਣੇ ਤੁਸੀਂ ਆਪਣਾ ਸਵਾਲ ਕਰ ਸਕਦੇ ਹੋ ਜੀ ਸਵਾਲ ਕਰ ਲਓ ਤਾਂ ਬਿਹਤਰ ਹੈ ਕਿਉਂਕਿ ਹੋਰ ਕੌਲਰ ਸੀ ਲਾਈਨ ਵਿੱਚ ਹੈ ਹਾਂ ਜੀ ਸਵਾਲ ਸਵਾਲ ਮੇਰੇ ਹੈ ਬਈ ਜੋ ਸਿੱਖ ਧਰਮ ਦੇ ਨਾਲ ਹੋ ਰਿਹਾ ਹੈ ਜੀ ਉਹੀ ਲੋਕ ਕਰ ਰਹੇ ਆ ਜਿਹੜੇ politically strong ਹੈ ਇਹ ਸਾਡੀ ਜਨਤਾ ਦਾ ਕਸੂਰ ਹੈ ਅਗਰ ਜਨਤਾ ਪੜ੍ਹੇ ਲਿਖੇ ਲੋਕ ਇਹ ਡਿਬੇਟ ਨੂੰ ਸੁਣਦੇ ਹੋਣ ਕੋਈ ਸਵਾਲ ਨਹੀਂ ਕਰ ਰਹੇ ਇਟ ਮੀਨਸ ਤੁਹਾਡੀ ਇਸ ਡਿਬੇਟ ਨੂੰ ਕੋਈ ਨਹੀਂ ਸੁਣ ਰਿਹਾ ਸਭ ਤੋਂ ਇਹਦਾ ਆਸਰੇ ਹੈ ਪਾਇਸਾ ਜੀ ਬਈ ਪੋਲੀਟੀਕਲ ਆਦਮੀ ਉਹੀ ਗੁਰੂ ਸਾਹਿਬ ਦੇ ਨੂਰ ਹੋ ਰਹੇ ਹੈ ਕੋਈ ਸਿਆਣਾ ਕੋਈ ਪੜ੍ਹੇ ਲਿਖੇ ਬਹੁਤੇ ਸੱਜਣ ਇਸ ਡਿਬੇਟ ਨੂੰ ਨਹੀਂ ਸੁਣ ਰਹੇ ਕਿ ਨਾ ਹੀ ਉਹ ਮਹਾਰਾਜ ਦੇ ਵੱਲ ਆਪਣਾ ਕੋਈ ਧਿਆਨ ਦੇ ਰਹੇ ਆ ਕਿਉਂਕਿ ਤੁਹਾਨੂੰ ਲੱਗਦਾ ਕਿ ਪੋਲੀਟੀਕਲ ਲੋਕ ਆ ਜਿਹੜੇ ਉਸ ਸਾਰਾ ਕੁਝ ਖਰਾਬ ਕਰ ਰਹੇ ਆ ਜੀ ਗੁਰੂ ਗ੍ਰੰਥ ਸਾਹਿਬ ਦੀ ਆਸਥਾ ਨੂੰ ਖਤਮ ਕਰ ਦਿੱਤਾ ਤੁਹਾਨੂੰ ਇਹ ਲੱਗਦਾ ਕਿ ਪੋਲੀਟੀਕਲ ਲੋਕ ਆ ਸਾਰੇ ਸਾਰੇ ਸਿਸਟਮ ਦੀ ਜ਼ਿੰਮੇਵਾਰ ਆ ਜੋ ਪੋਲੀਟੀਕਲ ਲੋਕ ਕਰਦੇ ਪਏ ਆ ਹਾਂ ਜੀ ਹਾਂ ਜੀ ਜਨਤਾ ਸਾਡੀ ਪੋਲੀਟੀਕਲ ਲੋਕ ਵੀ ਜ਼ਿੰਮੇਵਾਰ ਆ ਤੇ ਸਾਡੀ ਜਨਤਾ ਵੀ ਜ਼ਿੰਮੇਵਾਰ ਆ ਠੀਕ ਹੈ ਜੀ ਸ਼ੁਕਰੀਆ ਠੀਕ ਹੈ ਇਹਨਾਂ ਦੇ ਪ੍ਰਤੀਕਿਆ ਨੂੰ ਸਮਝ ਨਹੀਂ ਰਹੀ ਠੀਕ ਹੈ ਮੈਂ ਤੁਹਾਡਾ ਸਵਾਲ ਤੁਹਾਡਾ ਸਵਾਲ ਲੈ ਰਿਹਾ ਜੀ ਹਰ ਪਾਸੇ ਹਰ ਪਾਸੇ ਅਮੀਰ ਆਦਮੀ ਆ ਰਹੇ ਆ ਠੀਕ ਹੈ ਠੀਕ ਕਿਸੇ ਕਿਸਮ ਦਾ ਪੜ੍ਹੇ ਲਿਖੇ ਪੜ੍ਹੇ ਲਿਖੇ ਵਿਦਵਾਨ ਆਦਮੀ ਕਿਹੜਾ ਇਸ ਡਿਬੇਟ ਤੇ ਆ ਰਿਹਾ ਹੈ ਠੀਕ ਹੈ ਠੀਕ ਹੈ ਸਰਦਾਰ ਹਰਦੀਪ ਸਿੰਘ ਸਰਦਾਰ ਹਰਦੀਪ ਸਿੰਘ ਗੁਰਸਿੱਖ ਆਦਮੀ ਹੈ ਬਹੁਤ ਵਧੀਆ ਆਦਮੀ ਹੈ ਪਰ ਇਹਨਾਂ ਦੀ ਲਾਈਫ ਤਾਂ ਇਹਨਾਂ ਦੀ ਪੋਲੀਟੀਕਲ ਹੈ ਇਹ ਆਪਣਾ ਜ세ਦਾਰ ਸਾਹਿਬ ਦੇ ਜਿਹੜਾ ਬਿਆਨ ਦਿੱਤਾ ਹੈ ਉਹਨਾਂ ਨੇ ਮੁਗਲ ਸੱਤ ਨਾ ਸੱਤ ਨਾ ਨਾਲ ਕਰਿਆ ਉਦਾਤਨ ਅਭੀ ਮਗਲ ਸੰਸਤਨਾ ਤੋਂ ਵੀ ਪਹਿਲੀ ਹੈ ਅੱਜ ਦੀ ਸਰਕਾਰ ਪਰ ਇਹ ਕਹਿ ਨਹੀਂ ਸਕਦੇ ਇਹਨਾਂ ਨੇ ਇਹਨਾਂ ਨੇ ਕਹਿਤਾ ਜੀ ਮਤਲਬ ਆਪਣੇ ਆਪਣੇ ਹਿਸਾਬ ਨਾਲ ਕਹਿਤਾ ਵੀ ਜਫੇਦਾਰ ਸਾਹਿਬ ਨੇ ਇੱਕ ਜਫੇਦਾਰ ਸਾਹਿਬ ਇੱਕ ਸੰਸਦ ਦੇ ਇੰਸਟੀਚਿਊਸ਼ਨ ਦੇ ਜਫੇਦਾਰ ਨਹੀਂ ਹੈ ਉਹ ਇੱਕ ਫਿਰਕੇ ਦੇ ਜਫੇਦਾਰ ਹੈ ਇਸ ਕਰਕੇ ਸੰਸਦਾਰ ਕਰਨ ਦੀ ਲੋੜ ਹੈ ਸਰ ਠੀਕ ਹੈ ਪੰਗੋ ਜੀ ਠੀਕ ਹੈ ਜੀ ਥੈਂਕ ਯੂ ਥੈਂਕ ਯੂ ਹਾਂ ਜੀ ਥੈਂਕ ਯੂ ਥੈਂਕ ਯੂ ਹਾਂ ਜੀ ਹਰਦੀਪ ਸਿੰਘ ਜੀ ਜੀ ਤੁਸੀਂ ਜਿਹੜੇ ਕੋਈ ਸਵਾਲ ਤਾਂ ਤੁਸੀਂ ਸੁਣ ਲਿਆ ਹਰਦੇਵ ਸਿੰਘ ਪੁੱਲਰ ਬੋਲ ਰਹੇ ਸੀਗੇ ਸਰਿੰਦਰ ਕੋਰ ਗੁਰਦੇਵ ਸਿੰਘ ਪੰਗੂ ਆ ਸਾਰਿਆਂ ਦੇ ਆਜ਼ਾਦ ਸਵਾਲ ਹੈ ਦੇਖੋ ਜਦਾਂ ਬੀਬੀ ਜੀ ਨੇ ਬੜੇ ਸਧਾਰਨ ਲਫ਼ਜ਼ਾਂ ਦੇ ਵਿੱਚ ਸਵਾਲ ਜਿਹੜਾ ਕੀਤਾ ਉਹ ਬਹੁਤ ਗਹਿਰਾ ਸਵਾਲ ਹੈ ਕਿ ਦੱਸੋ ਜੀ ਵੀ ਅਕਾਲੀ ਦਲ ਦਾ ਪ੍ਰਧਾਨ ਕੌਣ ਹੈ ਮੈਂ ਤੇ ਕਹਿਣਾ ਕਿ ਜੇਕਰ ਸਾਡੀਆਂ ਜਿਹੜੀਆਂ ਮੁਸ਼ਕਿਲਾਂ ਤਾਂ ਹੈਗੀਆਂ ਨੇ ਜਿਦੇ ਚ ਆਪਾਂ ਕਹਿ ਤਾ ਕਿ ਅੱਜ ਘਟ ਗਿਣਤੀਆਂ ਵੀ ਜਿਹੜੀਆਂ ਨੇ ਉਹ ਸੁਰੱਖਿਅਤ ਨਹੀਂ ਹੈਗੀਆਂ ਇਹ ਇੱਕ ਪੋਲਿਟੀਕਲ ਇਸ਼ੂ ਆਗੀ ਹੁਣ ਪੋਲਿਟਿਕਲ ਇਸ਼ੂ ਨੂੰ ਐਡਰੈਸ ਕਰਨ ਦੇ ਲਈ ਤਾਂ ਪੋਲਿਟਿਕਲ ਪਲੇਟਫਾਰਮ ਚ ਚਾਹੀਦਾ ਹੀ ਚਾਹੀਦਾ ਹੈ ਔਰ ਉਹ ਪੋਲਿਟਿਕਲ ਪਲੇਟਫਾਰਮ ਜਿਹੜਾ ਅਕਾਲੀ ਦਲ ਕਹਿੰਦੇ ਨੇ ਜਿਸ ਦਾ ਸਵਾਲ ਬੀਬੀ ਜੀ ਨੇ ਕੀਤਾ ਉਹ ਪੋਲਿਟਿਕਲ ਪਲੇਟਫਾਰਮ ਸਿੱਖ ਕੌਮ ਨੂੰ ਧਾਰਮਿਕ ਪਲੇਟਫਾਰਮ ਤੋਂ ਮਿਲਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਂ ਅਕਾਲੀ ਦਲ ਬਣਿਆ ਸੀਗਾ ਇੱਕ ਰਾਜਸੀ ਆਪਣੀਆਂ ਜਿਹੜੀਆਂ ਐਸਪੀਰੇਸ਼ਨਸ ਨੇ ਉਹਨਾਂ ਨੂੰ ਪੂਰੇ ਕਰਨ ਲਈ ਹੁਣ ਜੇਕਰ ਉਹ ਸਾਡੀ ਧਾਰਮਿਕ ਆ ਇੱਕ ਪੰਥਕ ਜਿਹੜੀ ਦਾ ਪਲੈਟਫਾਰਮ ਜਿਹੜਾ ਹੈਗਾ ਜਿੱਥੇ ਗਿਆਨੀ ਹਰਪ੍ਰੀਤ ਸਿੰਘ ਜੀ ਅੱਜ ਬੈਠੇ ਨੇ ਅੱਜ ਉਹ ਦੱਸਣ ਕਿ ਕਿਹੜਾ ਅਕਾਲੀ ਦਲ ਹੈ ਜੇ ਉਹਨਾਂ ਨੇ ਇੱਕੋ ਪਾਲੇ ਚ ਭੋਗ ਤਣਾਂ ਤਾਂ ਵੀ ਪਤਾ ਲੱਗ ਜਾਏਗਾ ਜੇ ਜੇ ਨਹੀਂ ਤਾਂ ਕੀ ਉਹ ਅੱਜ ਇਹ ਜ਼ਰੂਰਤ ਕਰ ਸਕਦੇ ਨੇ ਕਿ ਉਹ ਸਾਰਿਆਂ ਨੂੰ ਕਹਿਣ ਕਿ ਵੀ ਠੀਕ ਹੈ ਨਹੀਂ ਤੁਸੀਂ ਸਭ ਪਾਸੇ ਹੋ ਜਾਓ ਤੇ ਇੱਕ ਨਵਾਂ ਜਿਹੜਾ ਹੈ ਸਿੱਖਾਂ ਦੀਆਂ ਭਾਵਨਾਵਾਂ ਦੇ ਅਨੁਸਾਰੀ ਜਿਹੜਾ ਇੱਕ ਰਾਜਨੀਤਿਕ ਪਲੈਟਫਾਰਮ ਬਣਾ ਕੇ ਦਿੰਨੇ ਆ ਸੋ ਐਸਾ ਨਹੀਂ ਹੈ ਇਹ ਤੇ ਫਿਰ ਉਹੀ ਗੱਲ ਹੈ ਕਿ ਜੇ ਜੋ ਅਕਾਲੀ ਦਲ ਹੈ ਨੇ ਉਸ ਉਹਨਾਂ ਦੇ ਪ੍ਰਭਾਵ ਥੱਲੇ ਇਹ ਇੰਸਟੀਚਿਊਸ਼ਨਸ ਨੇ ਜਥੇਦਾਰ ਜੀ ਨੇ ਜਿਹੜੇ ਖਤਰੇ ਤੇ ਖਛੇ ਤੇ ਤੋਖਲੇ ਜਤਾਏ ਨੇ ਸਭ ਤੋਂ ਪਹਿਲਾਂ ਆਪਣੀ ਇਸ ਇੰਸਟੀਚਿਊਸ਼ਨ ਨੂੰ ਡੀਪੋਲਟਿਕਾਈਜ਼ ਕਰਨ ਦੇ ਲਈ ਕਦਮ ਚੁੱਕਣ ਤੇ ਫੇਰ ਮੇਰਾ ਖਿਆਲ ਸਾਡੇ ਜਿਹੜੀਆਂ ਹੋਰ ਪ੍ਰੋਬਲਮਸ ਨੇ ਉਹਨਾਂ ਵੱਲੋਂ ਅਸੀਂ ਅੱਗੇ ਵੱਧ ਸਕਦੇ ਆ ਅਸੀਂ ਉਹਨਾਂ ਦੇ ਯੋਗ ਹੱਲ ਕਰਕੇ ਕੌਮ ਦੇ ਹੱਕ ਚ ਪਹੁੰਚ ਸਕਦੇ ਆ ਤੁਸੀਂ ਸ੍ਰਿੰਦਰਪੁਰ ਦੇ ਇੱਕ ਜਿਹੜੇ ਛੋਟੇ ਸਵਾਲ ਨੂੰ ਇੰਨਾ ਵੱਡਾ ਬਣਾਤਾ ਹਰਦੀਪ ਇਹ 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 ਇਹੀ ਅਸਲ ਹੈ ਇਹ ਜਾੜੀ ਆ ਮੈਂ ਉਹੀ ਕਿਹਾ ਕਿ ਕਿੰਨੇ ਸਧਾਰਨ ਲਫ਼ਜ਼ਾਂ ਦੇ ਵਿੱਚ ਨਿਕਲੀ ਹੋਈ ਗੱਲ ਹੈ ਜਿਹੜੀ ਅਸਲ ਮਾਇਨੇ ਦੀ ਹੈ ਇਤੋਂ ਹੀ ਜਿਹੜੀ ਸਾਰੇ ਜਿਹੜੀਆਂ ਨੇ ਮੈਂ ਤਾਂ ਕਹਾਂ ਕਿ ਉਹ ਇੰਸਟੀਚਿਊਸ਼ਨ ਹੈ ਉਸ ਨੂੰ ਡੀਪੋਲਿਟਿਕਾਈਜ਼ ਕਰਨ ਦੀ ਗੱਲ ਕਰਨ ਕੌਮ ਦੇ ਖਤਰਿਆਂ ਦੀ ਗੱਲ ਤੇ ਉਸ ਤੋਂ ਬਾਅਦ ਹੋ ਸਕਣੀ ਹੈ ਠੀਕ ਠੀਕ ਹੈ ਦੂਜੇ ਸਰਦਾਰ ਸਾਹਿਬ ਨੇ ਜਿਹੜੀ ਗੱਲ ਕਹੀ ਹੈ ਉਹ ਵੀ ਇਸ ਤਰ੍ਹਾਂ ਹੀ ਜੁੜਦੀ ਹੈ ਕਿ ਪੋਲਿਟੀਕਲ ਲੋਗ ਤੇ ਜਿਹੜੇ ਆਮ ਜਨਤਾ ਹੈ ਪੋਲਿਟੀਸ਼ਨ ਹੈ ਜਿਹੜਾ ਮਿਸਯੂਜ਼ ਕਰਦਾ ਪਿਆ ਜਿਹੜੀ ਆਪਣੀ ਪਹਿਲੀ ਗੱਲ ਚ ਵੀ ਹੋਈ ਹੈ ਔਰ ਦੂਸਰੀ ਆਮ ਜਨਤਾ ਉਹ ਭੋਲੀ ਹੈ ਇਸ ਨੂੰ ਸਮਝਦੀ ਨਹੀਂ ਹੀ ਨਹੀਂ ਪਈ ਤੋ ਨਾਲੇ ਵੀ ਕਹ ਰਹੇ ਆਮ ਜਨਤਾ ਡਿਬੇਟ ਨਹੀਂ ਦੇਖਦੀ ਹੋਈ ਨਹੀਂ ਨਹੀਂ ਡਿਬੇਟ ਦੇਖਦੀ ਮੈਂ ਸਮਝਦਾ ਕਿ ਵੀ ਗੱਲ ਕੀ ਹੈ ਕਿ ਇਸ ਦਾ ਇੱਕ ਇੰਟਰਸਟ ਹੀ ਲੋਕਾਂ ਚੋਂ ਚਲਿਆ ਗਿਆ ਲੋਕ ਇਸ ਵਕਤ ਬੇਆਸਰੇ ਜਿਵੇਂ ਹੋ ਜਾਂਦੇ ਹੈਗੇ ਨੇ ਲੋਕੀ ਜਿਹੜੇ ਨੇ ਬੇਆਸਰੇ ਜਿੱਦਾਂ ਹੋ ਜਾਂਦੇ ਨੇ ਉਹ ਜੀ ਹਾਲਤ ਦੇ ਵਿੱਚ ਪਹੁੰਚੇ ਹੋਏ ਨੇ ਆਮ ਲੋਕਾਂ ਦੀ ਇਹ ਸਥਿਤੀ ਹੈ ਲੇਕਿਨ ਸਟਿਲ ਜਿਹੜਾ ਪੋਲਿਟਿਸ਼ੀਅਨ ਸਟਰੋਂਗ ਲੋਕ ਜਿਹੜੇ ਹੈਗੇ ਨੇ ਉਹ ਆਮ ਲੋਕਾਂ ਨੂੰ ਜਿਹੜੇ ਨੇ ਉਹ ਜਿਹੜਾ ਹੈਗਾ ਫਟਕੰਦੇ ਰਹਿੰਦੇ ਨੇ ਚਲੋ ਇੱਕ ਹੋਰ ਛੋੜਾ ਬ੍ਰੇਕ ਲੈ ਲੀਏ ਬ੍ਰੇਕ ਤੋਂ ਵਾਪਸ ਆ ਕੇ ਤੁਹਾਡੀਆਂ ਹੋਰ ਕਾਲਸ ਲੈਣ ਦੀ ਕੋਸ਼ਿਸ਼ ਕਰਾਂਗੇ ਤੁਸੀਂ ਲਗਾਤਾਰ ਫੋਨ ਕਾਲਸ ਕਰ ਰਹੇ ਹੋ ਤੁਹਾਡਾ ਬਹੁਤ ਧੰਨਵਾਦ ਵੀ ਅਸੀਂ ਕਰਦੇ ਹਾਂ ਬ੍ਰੇਕ ਤੋਂ ਵਾਪਸ ਆ ਰਹੇ ਹਾਂ ਇੱਕ ਹੋਰ ਵੇ ਤੁਹਾਡਾ ਸਵਾਹਤਾ ਕੱਟ ਕੇ ਅੰਤੀ ਸਾਸਕਿਓ ਤਾਂ ਪੀ ਅਸੀਂ ਕਾਲਸ ਫਟਾਫਟ ਲੈ ਲਈਏ ਫਿਰ ਹਰਦੀਪ ਸਿੰਘ ਕੋਲੋਂ ਥੋੜਾ ਜਿਹਾ ਜਵਾਬ ਲਵਾਂਗੇ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਲੋ ਮੇਰੇ ਦਾ ਇਹਨਾਂ ਤੱਕ ਆ ਨਹੀਂ ਪਹੁੰਚ ਰਹੀ ਹੈ ਹਲੋ ਹਲੋ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਕੌਣ ਬੋਲ ਰਿਹਾ ਜੀ ਕਿੱਥੋਂ ਬੋਲ ਰਹੇ ਹੋ ਸਤਿ ਸ਼੍ਰੀ ਅਕਾਲ ਮੈਂ ਕੁਲਦੀਪ ਬੋੜਾ ਹਾਂ ਸੈਨੇਟੋਨੀਓ ਟੈਕਸਸ ਤੋਂ ਹਾਂ ਜੀ ਕੁਲਦੀਪ ਜੀ ਤੁਸੀਂ ਆਪਣਾ ਸਵਾਲ ਕਰ ਸਕਦੇ ਹੋ ਜੀ ਹਾਂ ਜੀ ਪਾ ਜੀ ਪਹਿਲਾਂ ਤਾਂ ਮੈਂ ਤੁਹਾਨੂੰ ਸਲੂਟ ਕਰਦਾ ਕਿ ਤੁਸੀਂ ਬੜਾ ਵਧੀਆ ਮੁੱਦਾ ਲੈ ਕੇ ਆਏ ਹੋ ਔਰ ਬੜੇ ਸੱਚ ਦੇ ਨੇੜੇ ਜਾ ਕੇ ਬੋਲਦੇ ਹਾਂ ਮੈਂ ਤੁਹਾਡੇ ਲਈ ਕੁਝ ਕਹਿਣਾ ਚਾਹਣਾ ਹੈ ਕਿਉਂਕਿ ਜਿਹੜਾ ਬੰਦਾ ਸੱਚ ਦੇ ਨੇੜੇ ਬੋਲਦਾ ਉਹ ਹਮੇਸ਼ਾ ਖਤਰੇ ਹੁੰਦੇ ਨੇ ਤੇ ਮੈਂ ਇਹ ਕਹੂੰਗਾ ਕਿ ਇੰਨਾ ਸੱਚ ਨਾ ਬੋਲ ਕੇ ਕੱਲਾ ਰਹਿ ਜਾਵੇਂ ਚਾਰ ਕ ਬੰਦੇ ਛੱਡ ਲੈ ਬੋਤਾ ਦੇਣ ਲਈ ਉਸ ਤੋਂ ਬਾਅਦ ਸਰਦਾਰ ਹਰਦੀਪ ਸਿੰਘ ਜੀ ਬੜੇ ਸੋਲਝੇ ਹੋਏ ਵਿਅਕਤੀ ਨੇ ਜੀ ਜਿਹੜੇ ਕਾਫੀ ਸਾਫ਼ ਤੇ ਸਪਸ਼ਟ ਗੱਲਾਂ ਕਰ ਰਹੇ ਨੇ ਮੇਰੇ ਖਿਆਲ ਚ ਮੈਨੂੰ ਵੀ ਇਹ ਲੱਗਦਾ ਹੈ ਕਿ ਅਕਾਲ ਤਖਤ ਦੇ ਜਹੇਦਾਰ ਸਾਹਿਬ ਸ਼ਾਇਦ ਆਪਣੀ ਬੋਲੀ ਨਹੀਂ ਬੋਲ ਰਹੇ ਉਹਨਾਂ ਨੂੰ ਮਗਰੋਂ ਕਿਸੇ ਤੋਂ ਬੁਲਾਇਆ ਜਾ ਰਿਹਾ ਹੈ ਕਿਉਂਕਿ ਸ਼ਾਇਦ ਕਿਸੇ ਸਿਆਸੀ ਪਾਰਟੀ ਨੂੰ ਇਹ ਦਿਖਾਉਣ ਲਈ ਕਿ ਜੇ ਤੁਸੀਂ ਸਾਡੇ ਨਾਲ ਰਿਸ਼ਤਾ ਨਾਤਾ ਤੋੜਿਆ ਤੇ ਅਸੀਂ ਇੰਨਾ ਟੰਗਾ ਤੇ ਵਿਆਹ ਸਕਦੇ ਅਸੀਂ ਇਹ ਗੱਲਾਂ ਵੀ ਕਰ ਸਕਦੇ ਹਾਂ ਕਿਉਂਕਿ ਇੱਕ ਕਾਰਜਕਾਰੀ ਜਥੇਦਾਰ ਇੰਨੀਆਂ ਸਾਫ਼ ਤੇ ਸਪਸ਼ਟ ਗੱਲਾਂ ਨਹੀਂ ਕਰ ਸਕਦਾ ਜਿਹਦੇ ਸਿਰ ਤੇ ਹਮੇਸ਼ਾ ਇਹ ਤਲਵਾਰ ਲਟਕਦੀ ਹੋਵੇ ਕਿ ਮੈਨੂੰ ਕਦੇ ਵੀ ਹਟਾ ਦਿੱਤਾ ਜਾ ਸਕਦਾ ਹੈ ਉਹਦੇ ਮਗਰ ਕੁਝ ਕੁਛ ਦੇ ਜਿਹੜੇ ਰਹਿਰਮਾਨੇ ਉਹਨਾਂ ਬਲਾਉਂਡ ਦੀ ਕੋਸ਼ਿਸ਼ ਕਰ ਰਹੇ ਨੇ ਆਪਣੀ 82 ਜਮੀਨ ਤਿਆਰ ਕਰਨ ਲਈ ਆਪਣੇ ਉਹਨਾਂ ਸਿਆਸੀ 파ਟਨਰਾਂ ਨੂੰ ਆਪਣੇ ਸਿਆਸੀ ਉਹਨਾਂ ਲੋਕਾਂ ਨੂੰ ਦੱਸਣ ਲਈ ਅਗਰ ਤੁਸੀਂ ਸਾਡੇ ਨਾਲੋਂ ਤੋੜ ਵਿਛੋੜਾ ਕਰਕੇ ਕਿਸੇ ਹੋਰ ਨਾਲ ਗੰਢ ਟੁੱਪ ਕਰਨ ਦੀ ਕੋਸ਼ਿਸ਼ ਕੀਤੀ ਅਸੀਂ ਐਸ ਹੱਦ ਤੱਕ ਵੀ ਜਾ ਸਕਦੇ ਆਂ ਔਰ ਉਹ ਦੂਸਰੇ ਪਾਸੇ ਜਿਸ ਤਰ੍ਹਾਂ ਉਹਨੇ ਕਿਹਾ ਕਿ ਵੀ ਇਸ ਤਰ੍ਹਾਂ ਹੋ ਸਕਦਾ ਹੈ ਵੀ ਮੁਸਲਮਾਨਾ ਦਾ ਰਾਜ ਨਹੀਂ ਰਿਹਾ ਨਹੀਂ ਰਹਾ ਉਹ ਇਹ इमोਸ਼ਨਲੀ ਲੋਕਾਂ ਨੂੰ ਇਸ ਟੱਚ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਕਿ ਜੇ ਇਹ ਲੋਕ ਆਪਣੇ ਤੇ ਜ਼ੁਲਮ ਕਰਦੇ ਨੇ ਤੇ ਇਹਨਾਂ ਦਾ ਰਾਜ ਵੀ ਨਹੀਂ ਰਹਿਣਾ ਠੀਕ ਹੈ ਕੁਲਦੀਪ ਜੀ ਤਾਂ ਤੁਹਾਨੂੰ ਬੜੀ ਤੁਹਾਡੀ ਬੜੀ ਸਮਝ ਹੈਗੀ ਹੈ ਤੁਹਾਨੂੰ ਇਸ ਇਸ਼ੂ ਦੀ ਬਹੁਤ ਧੰਨਵਾਦ ਤੁਹਾਡਾ ਕੁਲਦੀਪ ਜੀ ਹਾਂ ਜੀ ਥੈਂਕ ਯੂ ਸ਼ੁਕਰੀਆ ਸ਼ੁਕਰੀਆ ਕੁਲਦੀਪ ਸ਼ੁਕਰੀਆ ਹਰਦੀਪ ਜੀ ਠੀਕ ਹੈ ਜੀ درست ਹੈ ਮੈਂ ਉਹ ਗੱਲ ਕਰਦਾ ਕਿ ਇਹੋ ਜਿਹੇ ਹੀ ਭਾਵਨਾਵਾਂ ਨੇ ਇਹ ਆਮ ਸਿਖਾਉਂਦੀਆਂ ਹਮ ਔਰ ਪਹਿਲੇ ਉਹ ਸਮੇਂ ਲੱਗ ਗਏ ਕਿ ਜਦੋਂ ਆਮ ਸਿੱਖ ਨੂੰ ਇਹ ਚੀਜ਼ ਸਮਝ ਨਹੀਂ ਸੀ ਆਂਦੀ ਤੇ ਪੋਲੀਟੀਕਲੀ ਮਿਸਯੂਜ਼ ਕੀਤਾ ਜਾਂਦਾ ਰਿਹਾ ਹੈ ਸੰਸਥਾਵਾਂ ਦਾ ਉਹ ਭਾਵੇਂ ਸ਼੍ਰੋਮਣੀ ਕਮੇਟੀ ਹੋਵੇ ਭਾਵੇਂ ਸ਼੍ਰੀ ਅਕਾਲ ਤਖਤ ਸਾਹਿਬ ਹੋਵੇ ਹੁਣ ਲੋਕ ਇਹ ਚੀਜ਼ ਹੈ ਤੁਸੀਂ ਇਹਨਾਂ ਦੇ ਕੁਲਦੀਪ ਜੀ ਦੇ ਸਾਰੇ ਪੁਆਇੰਟਸ ਨਾਲ ਸਹਿਮਤ ਹਾਂ ਮੇਰਾ ਖਿਆਲ ਉਹੀ ਗੱਲ ਜੋ ਆਪਾਂ ਕਹਿ ਰਹੇ ਹੈਗੇ ਆਂ ਤੇ ਉਹੀ ਉਹਨਾਂ ਨੇ ਕੀਤੀ ਹੈ ਔਰ ਸਹਿਮਤੀ ਹੀ ਹੈ ਤਕਰੀਬਨ ਇੱਕੋ ਜਿਹੀ رائے ਹੈ ਅਨਲੈਸ ਕੋਈ ਪੋਲੀਟੀਕਲੀ ਬਾਇਸਡ ਨਾ ਹੋਵੇ ਠੀਕ ਹੈ ਹਾਂਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਕੌਣ ਬੋਲ ਰਹੇ ਹੋ ਜੀ ਕਿੱਥੋਂ ਬੋਲ ਰਹੇ ਹੋ ਮੈਂ ਤੁਸੀ ਹੋਲਡ ਕਰਵਾਇਆ ਸੀ ਤੇ ਹਾਂ ਹਾਂਜੀ 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 ਮੈਂ ਬੋਲਦਾ ਇਥੋਂ ਹਰਦੀਪ ਸਿੰਘ ਜੀ ਬਿਨਾਂ ਹਾਂ ਵੀ ਹਾਂਜੀ ਹਾਂਜੀ ਹਰਦੀਪ ਜੀ ਨੂੰ ਸਵਾਲ ਕਰ ਲਓ ਤੁਸੀਂ ਹਬੀਬ ਜੀ ਥੋੜੇ ਜਿਹਾ ਥੋੜੇ ਜਿਹਾ ਹਟ ਕੇ ਕੋਈ ਗੱਲ ਕੁ ਦੱਸਣਾ ਚਾਹੁੰਦਾ ਜੀ ਭਈ ਸਾਡੀ ਕੌਮ ਦੀ ਬੜੀ ਵੱਧ ਕਿਸਮਤੀ ਆ ਜੀ ਅਸੀਂ ਚੰਗੇ ਨੂੰ ਵੀ ਚੰਗਾ ਨਹੀਂ ਕਿਆ ਸਕਦੇ ਅਸੀਂ ਚੰਗੇ ਵੀ ਚੰਗਾ ਨਹੀਂ ਕਹਿ ਸਕਦੇ ਅਸੀਂ ਅੱਜ ਤੱਕ ਕਿਸੇ ਵੀ ਲੀਡਰ ਨੂੰ ਸਥਾਪਿਤ ਨਹੀਂ ਕੀਤਾ ਜਿਹਨੂੰ ਗਾਂ ਦਿੱਤਾ ਉਹਦੀਆਂ ਲੱਤਾਂ ਖਿੱਚੀਆਂ ਜੇ ਜ세ਦਾਰ ਸਾਹਿਬ ਨੇ ਸੱਚ ਬੋਲਿਆ ਤਾਂ ਅਸੀਂ ਉੱਚ ਤਨਖੀਆਂ ਕੱਢਣ ਦੀ ਬਜਾਏ ਉਹਦੀ ਪਿੱਠ ਪਿੱਛੇ ਖੜੇ ਹੋਈਏ ਇੰਨੇ ਤਕੜੇ ਹੋ ਕੇ ਖੜੇ ਹੋਈਏ ਕਿ ਉਹ ਪਿੱਛੇ ਪੈਰ ਨਾ ਪੱਟ ਸਕਣ ਜੀ ਅਸੀਂ ਉਹਦੇ ਵਿੱਚ ਕਾਂਜੀ ਖੋਲਣ ਡਏ ਆ ਤਨ ਤੋਂ ਪ੍ਰੰਤੂ ਕਰ ਰਹੇ ਆ ਕਿ ਇਹਨੇ ਦੁਆਇਆ ਕਿ ਇਹਨੇ ਕੀਤਾ ਕਿ ਕੋਲੇ ਆ ਕਿਸੇ ਨੇ ਦੁਆਇਆ ਹੈ ਤਾਂ ਸੱਚ ਨਾ ਉਹਦੇ ਪਿੱਛੇ ਖੜੇ ਉਹ ਅਗਲਾ ਪਿੱਛੇ ਨਾ ਮੋਟਰਸਾਈਕਲ ਕਾਇਦਾ ਵੀ ਇਸੇ ਕਰਕੇ ਅਸੀਂ ਅੱਜ ਤੱਕ ਆ ਛੋਕਰਾ ਕਰ ਰਹੇ ਆ ਕਿ ਕਿਸੇ ਤੁਸੀਂ ਬੜੀਆਂ ਵਧੀਆ ਮੁੱਦੇ ਲਿਆਉਣੇ ਮੈਂ ਹਮੇਸ਼ਾ ਦੇਖਦਾ ਬੜਾ ਮੈਨੂੰ ਬੜਾ ਲੰਮਾ ਤਜਰਬਾ ਆ ਮੈਂ 47 ਵੀ ਦੇਖਿਆ ਹੋਇਆ ਜੀ ਸੋ ਧੰਨਵਾਦ ਜਿਹੜੇ ਸਾਹਮ ਆ ਰਹੇ ਨੇ ਹਰਦੀਪ ਸਿੰਘ ਜੀ ਉਹ ਬੜੀਆਂ ਚੰਗੀਆਂ ਗੱਲਾਂ ਕਰਦੇ ਆ ਪਰ ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਉਹ ਸਿਆਸਤ ਵਿੱਚ ਹਨ ਕੋਈ ਵੀ ਲੀਡਰ ਜਿਹੜਾ ਉਹਦੇ ਪਿੱਛੇ ਚੰਗੀ ਗੱਲ ਜਿਹੜਾ ਕਰਦਾ ਉਹਦੀ ਹਮਾਇਤ ਕਰੇ ਜੀ ਠੀਕ ਹੈ ਹਰਦੀਪ ਜੀ ਪਾ ਸਕਦੇ ਆ ਜੇ ਅਸੀਂ ਹਮੇਤ ਆਪਣੇ ਬੰਦਿਆਂ ਦੀ ਵੀ ਨਹੀਂ ਕਰਾਂਗੇ ਅਸੀਂ ਉਹਨੂੰ ਪੁੱਛਦੇ ਆ ਵੀ ਇਹ ਕਿਹਨੇ ਕਰਵਾਇਆ ਕਿਹ ਤੋਂ ਕਰਵਾਇਆ ਕਿਹਨੇ ਕਰਾਇਆ ਇਹ ਨਾਲ ਗੱਲ ਕਰੋ ਜੋ ਉਹਨਾਂ ਨੇ ਕਿਹਾ ਉਹ ਦੇਖੋ ਵੀ ਠੀਕ ਆ ਗਲਤ ਬਸ ਠੀਕ ਠੀਕ ਹੈ ਹਰਦੀਪ ਜੀ ਤੁਹਾਡਾ ਤੁਹਾਡਾ ਸਵਾਲੀ ਅੱਗੇ ਬਤਾ ਰਿਹਾ ਮੈਂ ਹਾਂਜੀ ਹਰਦੀਪ ਜੀ ਇਹਨਾਂ ਨੇ ਜਿਹੜੀ ਗੱਲ ਕਹੀ ਹੈ ਤੁਸੀਂ ਅਸੀਂ ਜਦੋਂ ਸ਼ੁਰੂ ਚ ਗੱਲ ਕਰਦੇ ਆ ਵੀ ਉਹਨਾਂ ਦੇ ਮੁੱਦਿਆਂ ਵਿੱਚ ਕੋਈ ਦਿੱਕਤ ਨਹੀਂ ਹੈ ਕਿ ਪਰ ਜਿਹੜਾ ਪਿੱਛੇ ਪਰਪਸ ਹੈਗਾ ਤੁਸੀਂ ਪਰਪਸ ਦੀ ਵੀ ਗੱਲ ਪਹਿਲਾਂ ਕੀਤੀ ਉਹੀ ਹਰਦੀਪਰਾ ਨੇ ਗੱਲ ਕੀਤੀ ਹੈ ਵੀ ਮੇਰਾ ਇਹਨਾਂ ਲੰਬਾ ਤਿਆਰਪਾ ਹੈਗਾ ਅਸੀਂ ਉਸ ਬੰਦੇ ਦੇ ਪਿੱਛੇ ਤੋਂ ਖੜੀ ਖੜੇ ਹੋਈ ਹੈ ਹਰਦੀਪ ਜੀ ਹੁਣ ਸਰਦਾਰ ਸਾਹਿਬ ਨੇ ਜਿਹੜੀ ਗੱਲ ਕੀਤੀ ਹੈ ਉਹ ਬਿਲਕੁਲ درست ਤੇ ਆਪਦੀ ਥਾਂ ਹੈ ਜੇ ਕੋਈ ਕੌਮੀ ਗੱਲ ਹੁੰਦੀ ਹੈ ਜੇ ਕੋਈ ਰਾਈਟ ਗੱਲ ਹੁੰਦੀ ਹੈ ਉਹਨੂੰ ਰਾਈਟ ਕਰਨਾ ਅਸੀਂ ਉਹ ਕਿਹਾ ਅਸੀਂ ਕਿਹਾ ਕਿ ਜੋ ਉਹਨਾਂ ਨੇ ਲਫ਼ਜ਼ਾਤ ਵਰਤੇ ਨੇ ਜਿਹੜੀਆਂ ਗੱਲਾਂ ਦਾ ਜ਼ਿਕਰ ਕੀਤਾ ਉਹ 100% ਦੀ ਸਹੀ ਨੇ ਆਮ ਸਿੱਖ ਇਸ ਚੀਜ਼ ਨੂੰ ਸਮਝਦਾ ਹੈ ਤੇ ਗੱਲ ਤਾਂ ਕੀ ਹੈ ਕਿ ਆਮ ਸਿੱਖਾਂ ਦੀ ਭਾਵਨਾ ਦੀ ਗੱਲ ਕੀਤੀ ਹੈ ਲੇਕਿਨ ਇਸ ਦੀ ਵਰਤੋਂ ਕਿੱਥੇ ਹੋਣੀ ਹੈ ਇਹ ਵੇਖਣ ਵਾਲੀ ਹੈ ਹੁਣ ਹੈ ਕਿ ਉਹ ਕਹਿੰਦੇ ਨੇ ਕਿ ਇਹ ਡਰਿਆ ਖਤਰਾ ਹੈ ਆਪਣਾ ਘਟ ਗਿੰਤੀਆਂ ਨੂੰ ਉਹ ਕਿਸ ਤੋਂ ਹੈ ਜੀ ਜੇ ਕਿਸ ਤੋਂ ਹੈ ਤੇ ਫਿਰ ਆਪਣੇ ਜਿਹਨਾਂ ਜਿਹੜੇ ਤੁਹਾਡੇ ਕੁਛੜ ਚ ਬੈਠੇ ਨੇ ਉਹਨਾਂ ਨੂੰ ਕਹੋ ਕਿ ਉਹਨਾਂ ਦਾ ਸਾਥ ਛੱਡ ਦਿਓ ਫਿਰ ਹੈਗਾ ਕਿ ਇਹ ਸਰੀਰਕ ਖਤਰਾ ਹੈ ਜਾਂ ਬੌਧਿਕ ਖਤਰਾ ਹੈ ਬੌਧਿਕ ਖਤਰਾ ਤਾਂ ਤੁਹਾਡੇ ਅੰਦਰ ਬੈਠੀ ਇੰਸਟੀਚਿਊਸ਼ਨ ਜਿਹਦੇ EMPLOYEE ਹੋਂ ਤੁਸੀਂ ਉਸ ਇੰਸਟੀਚਿਊਸ਼ਨ ਦੇ ਵਿੱਚ ਬૌਧਿਕ ਜਿਹੜਾ ਹੈ ਸਾਡਾ ਨੁਕਸਾਨ ਹੁੰਦਾ ਪਿਆ ਸੋ ਇਹ ਕਾਫੀ ਜਿਹੜੀਆਂ ਸਾਡੀਆਂ ਪ੍ਰੋਬਲਮਸ ਨੇ ਜਿਹੜੀਆਂ ਨੇ ਪੋਲਿਟਿਕਲ ਵੀ ਹੈਗੀਆਂ ਨੇ ਆਰਥਿਕ ਵੀ ਹੈਗੀਆਂ ਨੇ ਸਮਾਜਿਕ ਵੀ ਹੈਗੀਆਂ ਨੇ ਬૌਧਿਕ ਵੀ ਹੈਗੀਆਂ ਨੇ ਵਿਚਾਰਧਾਰਕ ਸੱਭਿਆਚਾਰਕ ਸਾਡੀਆਂ ਪ੍ਰੋਬਲਮਸ ਜਿਹੜੀਆਂ ਨੇ ਮਲਟੀਫੈਸ਼ੀਅਸ ਨੇ ਸਰਜੀਪ ਸਿੰਘ ਜੀ ਇੱਕ ਇੱਕ ਗੱਲ ਅਸੀਂ ਹਮੇਸ਼ਾ ਕਹਿੰਦੇ ਆ ਕਿ ਉਹਨਾਂ ਸਾਥ ਛੱਡ ਦਿਓ ਫਿਰ ਉਹ ਕਹਿੰਦੇ ਆ ਕਿ ਕੇਂਦਰ ਵਿੱਚ ਸਾਡੀ ਆਵਾਜ਼ ਚੁੱਕਣ ਵਾਲਾ ਕੌਣ ਹੋਊਗਾ ਅਸੀਂ ਤਾਂ ਤੁਹਾਡੀ ਆਵਾਜ਼ ਚੁੱਕਣ ਵਾਸਤੇ ਬੈਠੇ ਹਾਂ ਉੱਥੇ ਨਹੀਂ ਆਵਾਜ਼ ਚੁੱਕਣ ਵਾਸਤੇ ਬੈਠੇ ਆਂ ਤੇ ਵੇਖੀਏ ਕਿ ਆਵਾਜ਼ ਅਸੀਂ ਕਿੰ ਜੇ ਪੰਜਾਬ ওয়াটার ইস্যੂ ਸੀ ਆਪਾਂ ਸੋਸ਼ੀਓ ਪੋਲੀਟਿਕਲ ਇਕਨੋਮਿਕਲ ইস্যੂ ਜਿਹੜੀਆਂ ਸਾਡੀਆਂ ਹੈਗੇ ਨੇ ওয়াটার ইস্যੂ ਸੀ ਅਸੀਂ ਸੈਟਲ ਕਰਵਾ ਸਕੇ ਕੀ ਆਵਾਜ਼ ਚੁੱਕ ਸਕੇ ਅਸੀਂ ਉੱਥੇ ਜੇ ਦੂਸਰੀ ਗੱਲ ਕਹੀਏ ਕਿ ਟੈਰੀਟੋਰੀਅਲ ইস্যੂਸ ਸੀਗੇ ਕੀ ਅਸੀਂ ਉਸ ਦੀ ਕੋ ਗੱਲ ਕਰ ਸਕੇ ਕੀ ਅਸੀਂ ਉਹਨਾਂ ਨਾਲ ਸਾਂਝ ਪਾ ਕੇ ਪੰਜਾਬ ਦੀ ਡੈਮੋਗ੍ਰਾਫੀ ਨੂੰ ਨਹੀਂ ਡਿਸਟਰਬ ਕਰ ਕਰ ਦਿੱਤਾ ਕਿ ਅੱਜ ਦੇਖੀਏ ਕਿ ਜਿਹੜਾ ਇੱਕ ਬਹੁ ਗਿਣਤੀ ਇੱਕ ਕੌਮ ਦਾ ਇਲਾਕਾ ਸੀ ਸੂਬਾ ਸੀ ਜਿਹਨੂੰ ਪੰਜਾਬੀ ਸੂਬਾ ਪੰਜਾਬੀ ਬੋਲ ਦਾ ਇਲਾਕਾ ਕਹਿ ਕੇ ਤੁਸੀਂ ਲਿੱਤਾ ਸੀ ਅੱਜ ਕੀ ਉਹ ਪੰਜਾਬੀ ਬੋਲ ਦਾ ਇਲਾਕਾ ਰਹਿ ਗਿਆ ਤੇ ਅਸੀਂ ਕੀ ਉਥੋਂ ਲਾਭ ਲੈ ਸਕਦੇ ਹਾਂ ਕੀ ਅਸੀਂ ਕੋਈ ਆਰਥਿਕਤਾ ਜਿਹੜੀ ਕਿਸਾਨੀ ਦੀ ਸਵਾਰ ਸਕਿਆ ਕੀ ਅਸੀਂ ਪੰਜਾਬ ਦੇ ਬੱਚਿਆਂ ਦੇ ਵਾਸਤੇ ਇੱਥੇ ਰੋਜ਼ਗਾਰ ਦੇ ਸਕਿਆ ਉਹਨਾਂ ਨੂੰ ਇੱਥੇ ਰੱਖਣ ਦਾ ਉਹ ਸਾਰੇ ਉਡਾਰੀਆਂ ਮਾਰ ਗਏ ਨੇ ਉਹ ਇੱਥੇ ਕੋਈ ਨਹੀਂ ਰਹਿ ਰਿਹਾ ਸੋ ਮੇਰੇ ਕਹਿਣ ਦਾ ਭਾਵ ਵੀ ਜੇ ਸਾਂਝ ਕੀਤੀ ਹੈ ਕਰਨੀ ਹੈ ਤੇ ਉਸ ਦਾ ਕੁਝ ਲੈਣ ਦੀ ਗੱਲ ਹੈ ਆ ਵੇਖੋ ਹੁਣ ਯਾਨੀ ਦੀ ਗੱਲ ਮੈਂ ਤਾਜੀ ਐਗਜ਼ੈਂਪਲ ਦਿੰਨਾ ਕਿ ਹਰਿਆਣੇ ਨੇ ਇੱਕ ਜੋ ਹੈ ਐਕਟ ਲੈ ਕੇ ਆਂਦਾ ਹੈ ਕਿ ਹਰਿਆਣਾ ਦੇ ਵਿੱਚ 70% ਜਿਹੜੀਆਂ ਜੌਬਸ ਨੇ 70 ਜਾਂ 75% ਉਹ ਹਰਿਆਣੀਆਂ ਨੂੰ ਦਿੱਤੀਆਂ ਜਾਂਗੀਆਂ ਪ੍ਰਾਈਵੇਟ ਸੈਕਟਰ ਦੇ ਵਿੱਚ ਵੀ ਇਹੋ ਹੀ ਅਸੀਂ ਜਿਹੜੀ ਹੈਗੀ ਹੈ ਮੈਂ ਕੋਈ ਪੋਲੀਟੀਕਲ ਪਾਰਟੀ ਨਾਲ ਕਿਸੇ ਨਾਲ ਨਹੀਂ ਸੰਬੰਧਿਤ ਇੰਡੀਪੈਂਡੈਂਟ ਆ ਆਜ਼ਾਦਾਨਾ ਤੌਰ ਤੇ ਪਬਲਿਕ ਰਿਪਰੈਜ਼ੈਂਟੇਸ਼ਨ ਕਰਨ ਦੀ ਕੋਸ਼ਿਸ਼ ਕਰੀਦੀ ਹੈ ਉਹ ਇਹ ਹੈ ਕਿ ਇਹੋ ਹੀ ਗੱਲ ਇਹਨਾਂ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਭਾਵੇਂ ਅਕਾਲੀ ਦਲ ਹੈ ਭਾਵੇਂ ਕਾਂਗਰਸ ਆ ਭਾਵੇਂ ਆਪ ਹੈ ਸਾਰਿਆਂ ਨੂੰ ਇਹ ਕਿਹਾ ਸੀ ਕਿ ਤੁਸੀਂ ਪੰਜਾਬ ਦੇ ਬੱਚਿਆਂ ਨੂੰ 75% ਜੌਬਸ ਜਿਹੜੀਆਂ ਨੇ ਦੇਣ ਦੀ ਪੰਜਾਬ ਦੇ ਵਿੱਚ ਇਸ ਦੇ ਲਈ ਦੱਸੋ ਰਾਜ਼ੀ ਹੋ ਕੋਈ ਇੱਕ ਵੀ ਨਹੀਂ ਬੋਲਿਆ ਆ ਰਿਆਣਾ ਵਾਲਿਆਂ ਨੇ ਕਰਕੇ ਦਿਖਾਤਾ ਇਹ ਇਹਦੇ ਦੇ ਵੀ ਸਵਾਲ ਉੱਠ ਰਿਹਾ ਹਰਦੀਪ ਸਿੰਘ ਜੀ ਉਹ ਕਹਿੰਦੇ ਵੀ ਕਾਨੂੰਨ ਦੀ ਕਟਾਰੇ ਵਿੱਚ ਉੱਥੇ ਅਦਾਲਤਾਂ ਦੇ ਵਿੱਚ ਇਹ ਸਹੀ ਨਹੀਂ ਠਹਿਰਾਇਆ ਜਾਣਾ ਮੈਂ ਕਹਾਂ ਜੀ ਸਟੈਂਡ ਕਰੇ ਜਾਂ ਨਾ ਕਰੇ ਆਪਣਾ ਲੀਗਲੀ ਉੱਥੇ ਪਰ ਗੱਲ ਕੀ ਹੈ ਕਿ ਇੱਕ ਤੁਹਾਡੀ ਭਾਵਨਾ ਕੀ ਹੈ ਕਿਸ طرف ਨੂੰ ਤੁਸੀਂ ਤੁਰਦੇ ਹੋ ਉਹ ਉਹ ਲੀਗਲੀ ਸਟੈਂਡ ਕਰੇ ਜਾਂ ਨਾ ਕਰੇ ਬਾਅਦ ਦੀ ਗੱਲ ਹੈ ਲੇਕਿਨ ਉਹਨਾਂ ਨੇ ਆਪਣੇ ਮੁਤਾਬਿਕ 올ਓਵਰ ਇੰਡੀਆ ਆਪਣੀਆਂ ਚੀਜ਼ਾਂ ਨੂੰ ਅੱਗੇ ਵਧਾਉਣ ਦੇ ਲਈ ਕੀ ਕੀ ਨਹੀਂ ਕੀਤਾ ਸਭ ਕੁਝ ਕੀਤਾ ਸਭ ਸੰਭਵ ਹੈ ਉਹਨਾਂ ਦੀ ਪੋਲਿਟੀਕਲ ਵਿਲ ਚਾਹੀਦੀ ਹੈ ਉਹਨਾਂ ਦੀ ਪੋਲਿਟੀਕਲ ਸਾਂਝ ਹੈ ਤੇ ਉਹ ਲਾਹਾ ਲੈਣਗੇ ਤੇ ਮੈਂ ਦੂਜੀ ਸਾਈਡ ਕਹਾਂ ਜੇਕਰ ਮਮਤਾ ਬਨਰਜੀ ਜਿਹਾ ਜਾਂ ਹੋਰ ਸੂਬੇ ਐਸੇ ਨੇ ਜਿਹੜੇ ਜਿਨ੍ਹਾਂ ਨੇ ਆਪਣੇ ਰੀਜਨ ਦੀ ਆਪਣੇ ਖਿੱਤੇ ਦੀ ਗੱਲ ਕੀਤੀ ਹੈ ਤੇ ਉਹ ਉਸ ਦੇ ਲਈ ਉਹ ਕੇਂਦਰ ਦੇ ਨਾਲ ਸਾਂਝ ਵੀ ਕਰਦੇ ਨੇ ਤੇ ਕੇਂਦਰ ਦੇ ਮੁਰੇ ਅੜਦੇ ਵੀ ਨੇ ਪੰਜਾਬ ਦੀ ਮੁਕਤੀ ਗੱਲ ਮੁਕਤੀ ਗੱਲ ਜਹਦਰ ਸਾਹਿਬ ਦੇ ਇਸ ਬਿਆਨ ਤੋਂ ਕੋਈ ਸੇਧ ਲਊਗਾ ਕਾਲੀ ਦਲ ਲੈਣੀ ਚਾਹੀਦੀ ਹੈ ਜਾਂ ਨਹੀਂ ਲੈਣੀ ਚਾਹੀਦੀ ਅ ਅੱਜ ਦੇ ਦਿਨ ਉਹ ਸੇਧ ਲੈਣ ਲਈ ਤਾਂ ਹਰ ਗੱਲ ਲਈ ਤਿਆਰ ਨੇ ਜੋ ਕਹੋਣਾ ਹੈ ਅਕਾਲੀ ਦਲ ਤੋਂ ਅੱਜ ਦੇ ਦਿਨ ਕਹਾਂ ਲੋ ਪਰ ਪਰਪਸ ਇਹ ਹੋਇਆ ਕਿ ਸਾਨੂੰ ਰਾਜ ਸੱਤਾ ਮਿਲੇ ਸਿਰਫ ਤੇ ਸਿਰਫ ਆ ਗੱਲ ਹੈ ਹੋਰ ਕੁਝ ਨਹੀਂ ਜੋ ਪਹਿਲਾਂ ਕੁਝ ਹੋਇਆ ਉਹੀ ਫਿਊਚਰ ਹੈ ਤੁਹਾਡਾ ਇਸ ਚੀਜ਼ ਨੂੰ ਸਮਝ ਕੇ ਚਲੋ ਬਹੁਤ ਧੰਨਵਾਦ ਹਰਦੀਪ ਸਿੰਘ ਜੀ ਤੁਸੀਂ ਬੜੀ ਬੇਬਾਕੀ ਨਾਲ ਆਪਣੇ ਗੱਲਾਂ ਰੱਖੀਆਂ ਸਾਡੇ ਦਰਸ਼ਕਾਂ ਕੇ ਥੈਂਕ ਹਰਦੀਪ ਸਿੰਘ ਜੀ ਸਾਡਾ ਮਜੂਦ ਸੀਗੇ ਤੁਸੀਂ ਕਾਲਸ ਕੀਤੀਆਂ ਐ ਐਸਜੀਪੀਸੀ ਦੀ ਉਹ ਆਜਾ ਤੌਰ ਤੇ ਮੈਂਬਰ ਹੈ ਬੜੇ ਲੰਬੇ ਸਮੇਂ ਤੋਂ ਇਹ ਸਵੀਕਾਰਸ਼ੀਲ ਹੈਗੇ ਆ ਤੁਸੀਂ ਜਿਹੜੀਆਂ ਕਾਲਸ ਕੀਤੀਆਂ ਤੁਹਾਡੀਆਂ ਕਾਲਸ ਦੇ ਵਿਚਾਲੇ ਹੀ ਸਵਾਲ ਤੁਹਾਡੇ ਮਨਾਂ ਵਿੱਚ ਤੁਹਾਡੇ ਬਲਵਲੇ ਆ ਜਿਹੜੇ ਉਹ ਤੁਸੀਂ ਆਪ ਜ਼ਾਹਿਰ ਕੀਤੇ ਹੈਗੇ ਤੁਹਾਨੂੰ ਸਾਰੇ ਮੁੱਦੇ ਦੀ ਚੰਗੀ ਤਰ੍ਹਾਂ ਸਮਝ ਹੈਗੀ ਆ ਬਹੁਤ ਕਾਲਸ ਹੈ ਅਸੀਂ ਨਹੀਂ ਲੈ ਪਾੰਦੇਗੇ ਪਰ ਜਿਹੜੀ ਸੰਜੀਦਗੀ ਨਾਲ ਤੁਸੀਂ ਸਵਾਲ ਪੁੱਛਦੇ ਹੋ ਤੇ ਜਿਹੜੀ ਸੰਜੀਦਗੀ ਨਾਲ ਤੁਸੀਂ ਉਹ ਜਵਾਬ ਵੀ ਲੈਣੇ ਹੈਗੇ ਆ ਤੁਹਾਨੂੰ ਵੀ ਅਸੀਂ ਸਲੂਟ ਕਰਦੇ ਹੈਗੇ ਤੁਸੀਂ ਸਾਡੇ ਪ੍ਰੋਗਰਾਮ ਦੇਖਦੇ ਹੋ ਉਹਨਾਂ ਲਈ ਅਸੀਂ ਧੰਨਵਾਦ ਕਰਦੇ ਆ ਮੈਂ ਕਿਸੇ ਵੀ ਇੱਕ ਕਾਲਰ ਦਾ ਨਾਮ ਨਹੀਂ ਲਵਾਂਗਾ ਕਿ ਉਹਨਾਂ ਨੇ ਸਾਡੇ ਪ੍ਰੋਗਰਾਮ ਦੀ ਤਾਰੀਫ ਕੀਤੀ ਹੈ ਕਿ ਹੈ ਜਾਂ ਉਹਨਾਂ ਨੂੰ ਸਾਡੇ ਪ੍ਰੋਗਰਾਮ ਚੰਗੇ ਲੱਗਦੇ ਹੈਗੇ ਮੈਂ ਸਾਰੇ ਕਾਲਰਾਂ ਦਾ ਹੀ ਧੰਨਵਾਦ ਕਰਦਾ ਕਿ ਅੱਜ ਦੇ ਇਸ ਰਜੇਵਿਆਂ ਭਰੇ ਸਮੇਂ ਦੇ ਵਿੱਚੋਂ ਤੁਸੀਂ ਇਹਨਾਂ ਮੁੱਦਿਆਂ ਦੇ ਲਈ ਵਕਤ ਕੱਟ ਰਹੇ ਹੋ ਜੇ ਵਕਤ ਕੱਟ ਰਹੇ ਹੋ ਇਹਦਾ ਮਤਲਬ ਤੁਹਾਡੇ ਵਿੱਚ ਚਿੰਤਨ ਹੈ ਕਿ ਚਿੰਤਾ ਹੈ ਕਿ ਹੈ ਜੇ ਚਿੰਤਾ ਹੈ ਕਿ ਹੈ ਫਿਰ ਅਸੀਂ ਸਾਰੇ ਰਲ ਕੇ ਕੁਝ ਕਰ ਸਕਦੇ ਹਾਂ ਆਵਾਜ਼ ਬੁਲੰਦ ਕਰ ਸਕਦੇ ਹਾਂ ਜਦੋਂ ਗੱਲ ਘੱਟ ਗਿਣਤੀ ਦੀ ਕੌਮਾਂ ਦੀ ਆਉਂਦੀ ਹੈ ਉਦੋਂ ਇਸ ਵੱਡੇ ਮੁਲਕ ਦੇ ਵਿੱਚ ਉਸ ਆਵਾਜ਼ ਨੂੰ ਚੁੱਕਣਾ ਹੀ ਆਪਣੇ ਵਿੱਚ ਵੱਡੀ ਗੱਲ ਹੈ ਤੁਸੀਂ ਉਸ ਆਵਾਜ਼ ਤੇ ਹਾਮੀ ਹੋ ਰਹੇ ਹੋ ਧਾਰਨੀ ਬਣ ਰਹੇ ਹੋ ਅਸੀਂ ਤੁਹਾਡਾ ਵੀ ਧੰਨਵਾਦ ਕਰਦੇ ਹਾਂ ਅੱਜ ਦਾ ਮੁੱਦੇ ਵਿੱਚ ਇਨਾਂ ਹੀ ਧੰਨਵਾਦ